ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮੈਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 21 ਜਨਵਰੀ ਦਿਨ ਹੈਗਾ ਆ ਜੀ ਵੀਰਵਾਰ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਟਰੱਕਿੰਗ ਬਾਰੇ ਜਿਹੜੀ ਹੈ ਜੀ ਉਹ ਗੱਲਬਾਤ ਕਰਦੇ ਹਾਂ। ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਇਸ ਮੌਕੇ ਜੁੜ ਚੁੱਕੇ ਹੋਏ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਸਰੋਤਿਓ, ਜੇ ਤੁਸੀਂ ਵੀ ਟਰੱਕਿੰਗ ਦੇ ਬਾਰੇ ਕੋਈ ਤੁਹਾਡਾ ਸਵਾਲ ਹੋਵੇ, ਕੋਈ ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ ਆ, ਤਾਂ ਉਸ ਦੇ ਲਈ ਤੁਸੀਂ ਸਾਡੇ ਸਟੂਡੀਓ 'ਚ ਕਾਲ ਕਰ ਸਕਦੇ ਹੋ ਨੰਬਰ 408-252-5200 ਦੇ ਉੱਤੇ। ਪਰ ਉਸ ਤੋਂ ਪਹਿਲਾਂ ਤੁਸੀਂ ਪੰਜਾਬੀ ਰੇਡੀਓ ਯੂ ਐਸ ਏ ਨੂੰ ਸੁਣ ਰਹੇ ਹੋ ਸਾਡੇ AM/FM ਸਟੇਸ਼ਨ, ਘਰਾਂ 'ਚ ਪਾਏ ਰੇਡੀਓ ਸੈੱਟਸ ਦੇ ਉੱਤੇ, ਇੰਟਰਨੈਟ ਰੇਡੀਓ ਸੈੱਟਸ, ਐਪਸ ਡਾਇਲ ਟੂ ਲਿਸਨ, ਫੋਨ ਨੰਬਰਸ ਦੇ ਉੱਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਵਕਤ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਸਟੋਕਟਨ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਅਵਤਾਰ ਸਿੰਘ ਰਿਟੌਰਡ, ਸਰਜਲ ਟਰੈਕਿੰਗ ਸਾਰੇ ਜਾਣੇ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਹਰਬੰਸ ਕੌਰ, ਸੁਲੱਖਣ ਸਿੰਘ ਤੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਐਂਟੀਲੋਪ ਟਰੱਕ ਸਟੋਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ। ਅਤੇ ਰਮਨ ਜੀ, ਆਪਾਂ ਟਰੱਕਿੰਗ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਹੁਣ ਕਿਉਂਕਿ ਨਵਾਂ ਪ੍ਰਸ਼ਾਸਨ ਆ ਗਿਆ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਉਹਨਾਂ ਦੇ ਮੁਖੀ ਹੋਣਗੇ, ਉਹਨਾਂ ਦੇ ਵਿੱਚ ਵੀ ਤਬਦੀਲੀ ਜਿਹੜੀ ਉਹ ਆਵੇਗੀ। ਪੌਲੀ ਟ੍ਰੌਟਨਬਰਗ ਦਾ ਨਾਮ ਜਿਹੜਾ ਉਹ ਇਸ ਟਾਈਮ ਜਿਹੜਾ ਉਹ ਹੈਗਾ ਆ, ਮੂਹਰੇ ਆ ਰਿਹਾ ਟਰਾਂਸਪੋਰਟੇਸ਼ਨ ਦੇ ਸਕੱਤਰ ਦੇ ਲਈ। ਕੀ ਹੈਗਾ ਆ ਇਹਨਾਂ ਦੇ ਨਾਲ ਜੁੜੀ ਹੋਈ ਟਰਾਂਸਪੋਰਟੇਸ਼ਨ ਦੇ ਨਾਲ ਕੋਈ ਜੁੜੀ ਗੱਲਬਾਤ? ਜੀ ਬਿਲਕੁਲ, ਜਿਹੜੇ ਪੌਲੀ ਟ੍ਰੌਟਨਬਰਗ ਹੈਗੇ ਆ, ਇਹ ਜੋ ਬਾਈਡਨ ਦੇ ਪਿੱਕ ਹੈਗੇ ਆ ਡੈਪਟੀ ਸੈਕਟਰੀ ਆਫ ਟਰਾਂਸਪੋਰਟੇਸ਼ਨ ਦੇ ਲਈ ਜਿਹੜੀ ਆਉਣ ਵਾਲੀ ਐਡਮਿਨਿਸਟ੍ਰੇਸ਼ਨ ਹੈਗੀ ਆ। ਸੋ ਇਹਨਾਂ ਨੇ ਟ੍ਰੌਟਨਬਰਗ ਨੇ ਜਿਹੜਾ ਕਿ ਹੁਣ ਇਸ ਨਾਂ ਦੇ ਥੱਲੇ ਆ, ਸੋ ਇਹਨਾਂ ਨੇ ਪਹਿਲਾਂ ਵੀ ਜਿਹੜੀਆਂ ਐਡਮਿਨਿਸਟ੍ਰੇਸ਼ਨ ਹੈਗੀਆਂ ਓਬਾਮਾ ਬਾਈਡਨ ਦਾ DOT ਦੇ ਜਿਹੜੇ ਫਸਟ ਐਜ ਅਸਿਸਟੈਂਟ ਸੈਕਟਰੀ ਆਫ ਟਰਾਂਸਪੋਰਟੇਸ਼ਨ ਦੇ ਵਿੱਚ ਪਾਲਿਸੀ ਅਤੇ ਅੰਡਰ ਸੈਕਟਰੀ ਦੇ ਵਿੱਚ ਪਾਲਿਸੀ ਜਿਹੜੀਆਂ ਉਹਨਾਂ ਉੱਤੇ ਕੰਮ ਕੀਤਾ ਹੈਗਾ। ਕਾਫੀ ਵਾਰੀ ਇਹਨਾਂ ਨੇ ਟੈਸਟੀਫਾਈ ਵੀ ਕੀਤਾ ਹੈਗਾ ਕੈਪੀਟਲ ਹਿਲ ਤੇ 2011 ਤੋਂ ਲੈ ਕੇ 2013 ਦੇ ਵਿੱਚ, ਤੇ ਜਿਹੜੇ ਰੀਬਿਲਡਿੰਗ ਦਾ ਕੰਟਰੀਜ਼ ਰੋਡ ਬ੍ਰਿਜਿਸ ਐਂਡ ਆਲ ਦੈਟ, ਉਹਦੇ ਉੱਤੇ ਕਾਫੀ ਜਿਹੜਾ ਇਹਨਾਂ ਨੇ ਕੀਤਾ। ਸੋ ਹੋਪਫੁਲੀ ਜਿਹੜਾ ਇਸ ਵੇਲੇ DOT ਦੇ ਵਿੱਚ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈਗਾ ਪਿਛਲਾ ਜਿਹੜਾ, ਉਹ ਕਾਫੀ ਕੰਮ ਆਊਗਾ। ਸੋ ਹੋਪਫੁਲੀ ਵਧੀਆ ਪਰਫਾਰਮੈਂਸ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜੀ। ਤੇ ਕੀ ਕਿਆਸ ਰਹੀਆਂ ਨੇ ਟਰਾਂਸਪੋਰਟੇਸ਼ਨ ਇੰਡਸਟਰੀ ਨੂੰ ਇਸ ਪ੍ਰਸ਼ਾਸਨ ਤੋਂ? ਜੀ ਜਿਹੜੀ ਟਰਾਂਸਪੋਰਟੇਸ਼ਨ ਇੰਡਸਟਰੀ ਹੈਗੀ ਆ, ਉਹਦੇ ਵਿੱਚ ਇੱਕ ਪ੍ਰੋਸੈਸ ਆ, ਸਾਰੀ ਦੇ ਵਿੱਚ ਇੱਕ ਪ੍ਰੋਸੈਸ ਚੱਲ ਰਿਹਾ ਹੁੰਦਾ। ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇੱਕ ਪ੍ਰੋਸੈਸ ਦੇ ਥੱਲੇ ਚੱਲਦੀਆਂ, ਔਰ ਜਿਹੜੀ ਜਦੋਂ ਐਡਮਿਨਿਸਟ੍ਰੇਸ਼ਨ ਜਿਹੜੀ ਖਾਸ ਕਰਕੇ ਇੱਥੇ ਐਡਮਿਨਿਸਟ੍ਰੇਸ਼ਨ ਬਦਲਦੀ ਹੈਗੀ ਆ, ਉਹਦੇ ਵਿੱਚ ਕਈ ਐਸੀਆਂ ਚੀਜ਼ਾਂ ਹੁੰਦੀਆਂ ਕਿ ਜਿਹੜੇ ਕਈ ਐਸੇ ਕਾਨੂੰਨ ਲਟਕਦੇ ਆ ਰਹੇ ਆ, ਜਾਂ ਕੋਈ ਕਾਨੂੰਨ ਐਸੇ ਜਿਹੜੇ ਆ ਕਿ ਜਿਹੜੇ ਬਣੇ ਹੋਏ ਆ, ਜਾਂ ਉਹਨਾਂ ਦੇ ਵਿੱਚ ਪਾਲਿਸੀ ਚੇਂਜਸ ਹੈਗੀਆਂ। ਸੋ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ, ਕਿਸ ਬਿਹੇਵੀਅਰ ਦਾ ਨਵਾਂ ਬੰਦਾ ਆ ਰਿਹਾ ਹੈਗਾ ਉੱਥੇ ਕਿੱਦਾਂ ਦਾ। ਜਿੱਦਾਂ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਕਿ ਜਸਟਿਸ ਡਿਪਾਰਟਮੈਂਟ ਦੇ ਜਦੋਂ ਉੱਥੇ ਜੱਜਸ ਚੁਣੇ ਜਾਂਦੇ ਆ, ਸੋ ਦੇਖਦੇ ਆ ਕਿ ਉਹ ਲੈਫਟਿਸਟ ਹੈਗੇ ਆ, ਉਹ ਰਾਈਟਿਸਟ ਹੈਗੇ, ਉਹ ਕਿੱਧਰਲੀ ਸਾਈਡ 'ਤੇ ਹੈਗੇ ਆ, ਕਿੱਦਾਂ ਦੇ ਹੈਗੇ ਆ। ਸੋ ਉਹ ਆਉਣ ਵਾਲੇ ਜਿਹੜੇ ਜੱਜਮੈਂਟਸ ਹੁੰਦੀਆਂ ਉਹਨਾਂ ਉੱਤੇ ਫਰਕ ਪਾਉਂਦੇ ਆ। ਸੋ ਇੱਦਾਂ ਹੀ ਜਿਹੜੇ ਹੁੰਦੇ ਆ ਡਿਪਾਰਟਮੈਂਟ ਦੇ ਆ, ਇਹਨਾਂ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਫਰਕ ਪੈਂਦਾ ਕਿ ਕਿੱਦਾਂ ਦਾ ਬੰਦਾ ਆ, ਉਹਦਾ ਕਿਹੜਾ ਐਕਸਪੀਰੀਅੰਸ ਆ, ਕਿੱਥੋਂ ਆ ਰਿਹਾ। ਕਿਉਂਕਿ ਆਪਾਂ ਦੇਖਿਆ ਸੀਗਾ ਕਿ ਰੀਸੈਂਟਲੀ ਜਿਹੜੇ ਟਰੰਪ ਪ੍ਰਸ਼ਾਸਨ ਦੇ ਵਿੱਚ ਕਈ ਬੰਦੇ ਐਸੇ ਆ ਰਹੇ ਸੀਗੇ, ਲਏ ਸੀਗੇ, ਜਿਹਨਾਂ ਦਾ ਕਿ ਕਈਆਂ ਦਾ ਉਸ ਵਿਸ਼ੇ ਦੇ ਨਾਲ ਕੋਈ ਤਾਲੁਕਾਤ ਨਹੀਂ ਸੀਗਾ, ਜਾਂ ਉੱਦਾਂ ਦੇ ਏਰੀਏ 'ਚੋਂ ਨਹੀਂ ਸੀਗੇ। ਸੋ ਹੁਣ ਇੱਦਾਂ ਹੁੰਦਾ ਕਿ ਹਰ ਇੱਕ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਚੇਂਜ ਕਰਦੀ ਆ ਅਕੋਰਡਿੰਗ ਟੂ ਦੇਅਰ ਐਕਸਪੀਰੀਅੰਸਿਸ। ਸੋ ਜਿੱਦਾਂ ਜਿੱਦਾਂ ਅੱਗੇ ਚੱਲਦੇ ਉੱਦਾਂ ਉੱਦਾਂ ਦੇਖਣ ਦਾ ਮੌਕਾ ਮਿਲੂਗਾ, ਬਟ ਮੋਸਟ ਪ੍ਰੋਬੇਬਲੀ ਜਿਹੜੇ ਆਪਾਂ ਪਿਛਲੇ 4 ਸਾਲ ਕੱਢੇ ਅਮਰੀਕਾ ਰਾਜ ਕਹਿਣ, ਆਪਾਂ ਇੱਕ ਇੱਦਾਂ ਦੀ ਇੱਕ ਕਹਿ ਲਓ ਵੀ ਦੁਨੀਆ ਦੇ ਵਿੱਚ ਕੱਢੇ ਹੈਗੇ ਜਿਹਦੇ ਵਿੱਚ ਕਿ ਇੱਕ ਰੈਗੂਲਰ ਜਿਹੜੀ ਸਿਆਸਤ ਨਹੀਂ ਸੀਗੀ,
ਇੱਕ ਇੱਕ ਐਕਸਟਰਾਆਰਡਨਰੀ ਸਾਲ ਸੀਗੇ ਆਪਣੇ 4 ਸਾਲ ਜਿਹੜੇ ਸੀ। ਸੋ ਹੁਣ ਮੈਨੂੰ ਲੱਗਦਾ ਕਿ ਆਪਾਂ ਬੈਕ ਟੂ ਨੋਰਮਲ ਜਿੱਦਾਂ ਦੀ ਆਮ ਸਿਆਸਤ ਹੁੰਦੀ ਆ ਉਦਾਂ ਦੀ ਸਿਆਸਤ ਦੇ ਵਿੱਚ ਫਿਰ ਪੈਰ ਰੱਖਾਂਗੇ। ਸੋ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਕਿੱਦਾਂ ਕਰਵਟ ਬਦਲਦਾ। ਜੀ ਬਿਲਕੁਲ, ਇਹਨਾਂ ਨੇ ਰੌਲਾ ਤਾਂ ਕਾਫੀ ਜਿਹੜਾ ਪਾਇਆ ਆ ਕੈਂਪੇਨ ਦੇ ਵਿੱਚ ਵੀ। ਬਾਈਡਨ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਅਸੀਂ ਇਨਫਰਾਸਟ੍ਰਕਚਰ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਆ ਉਹ ਜ਼ੋਰ ਲਾਉਣਾ ਆ। ਉੱਤੋਂ ਇਹਨਾਂ ਨੇ ਕਿਹਾ ਵੀ ਜਿਹੜਾ ਐਨਰਜੀ ਨੂੰ ਲੈ ਕੇ ਜਿਹੜਾ ਆ ਉਹ ਹੋਣਾ। ਜੇ ਦੇਖੋ ਉਹ ਜੇ ਚੀਜ਼ਾਂ ਬਦਲਣੀਆਂ ਤਾਂ ਉਹਦੇ ਲਈ ਚੀਜ਼ਾਂ ਬਣਨੀਆਂ ਨਵੀਆਂ, ਅਤੇ ਉਹ ਬਣਨੀਆਂ ਅਤੇ ਸਮਾਨ ਜਿਹੜਾ ਆ ਉਹ ਕਿਤੇ ਨਾ ਕਿਤੇ ਟਰੈਕਿੰਗ ਇੰਡਸਟਰੀ ਦੇ ਹੱਥ ਦੇ ਵਿੱਚ ਜਿਹੜਾ ਉਹ ਆਉਣਾ ਆ। ਸੋ ਇਹ ਦੇਖਣਾ ਹੋਊਗਾ ਵੀ ਇਹ ਚੀਜ਼ਾਂ ਕਰਨ ਦੇ ਨਾਲ ਇਸ ਇੰਡਸਟਰੀ ਦੇ ਉੱਤੇ ਕਿੰਨਾ ਕੁ ਜਿਹੜਾ ਆ ਉਹ ਅਸਰ ਰਹਿੰਦਾ ਹੈ। ਪਰ ਡੈਫੀਨੇਟਲੀ ਅਜੇ ਦੂਜਾ ਦਿਨ ਆ ਇਸ ਪ੍ਰਸ਼ਾਸਨ ਦਾ, ਅਤੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੱਦਾਂ ਦੀਆਂ ਜਿਹੜੀਆਂ ਗੱਲਾਂ ਕਰਦੇ। ਅਜੇ ਤਾਂ ਹਾਲ ਦੀ ਘੜੀ ਉਹਨਾਂ ਦੀ ਕੈਬਨਿਟ ਵੀ ਜਿਹੜੀ ਉਹ ਪੂਰੀ ਨਹੀਂ ਹੋਈ, ਅਜੇ ਸ਼ਾਇਦ ਇੱਕ ਹੀ ਜਾਣਾ ਉਹਨਾਂ ਦਾ ਸਿਰਫ ਅਪਰੂਵ ਹੋਇਆ ਕੈਬਨਿਟ 'ਚ। ਸੋ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ। ਅਤੇ ਆਉਣ ਵਾਲਾ ਸਮਾਂ ਦੇਖੋਗੇ, ਬਾਕੀ ਫਸਟ 100 ਡੇਜ਼ ਹੁੰਦੇ ਆ ਜਦੋਂ ਜਿਹੜੀ ਕੋਈ ਵੀ ਐਡਮਿਨਿਸਟ੍ਰੇਸ਼ਨ ਹੈ ਉਹ ਪਰਫੋਰਮੈਂਸ ਉਹਦੀ ਜਿਹੜੀ ਫਸਟ 100 ਡੇਜ਼ ਤੋਂ ਬਾਅਦ ਪਤਾ ਲੱਗਦੀ ਹੈ, ਕਿਉਂਕਿ ਅਜੇ ਤਾਂ ਉਹਨਾਂ ਨੂੰ ਜਿੰਨਾ ਕੁ ਆਪਾਂ ਹਿਲਾ ਹਲੂ ਕੇ ਗਏ ਹਾਂ ਸਾਰਾ ਕੁਝ, ਜਿੰਨਾ ਕੁ ਆਪਾਂ ਸਾਰਾ ਕੁਛ ਹਿੱਲਿਆ ਪਿਆ ਹੈ ਉੱਥੋਂ ਦਾ, ਉਹਨੂੰ ਰੀਸੈਟ ਕਰਨ ਨੂੰ ਉਹਨੂੰ ਫਿਰ ਸੈਟਅਪ ਕਰਨ ਨੂੰ ਥੋੜ੍ਹਾ ਟਾਈਮ ਤਾਂ ਲੱਗਣਾ ਹੀ ਆ। ਅਤੇ ਜੇ ਨੋਰਮਲ ਪ੍ਰਸ਼ਾਸਨ ਹੁੰਦਾ ਪਹਿਲਾਂ ਅਤੇ ਨੋਰਮਲ ਅਗਲਾ ਹੁੰਦਾ ਤਾਂ ਫਿਰ ਡਿਫਰੈਂਟ ਕਹਾਣੀ ਸੀਗੀ, ਪਰ ਹੁਣ ਥੋੜ੍ਹਾ ਡਿਫਰੈਂਟ ਆ। ਚਲੋ ਆਉਣ ਵਾਲਾ ਸਮਾਂ ਦੱਸੂਗਾ। ਜੀ ਬਿਲਕੁਲ, ਅਤੇ ਇਸ ਤੋਂ ਜੇ ਤੁਸੀਂ ਵੀ ਟਰੈਕਿੰਗ ਦੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ, ਟਰੈਕਿੰਗ ਦੇ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-5200। ਇਸ ਨੰਬਰ 'ਤੇ ਕਾਲ ਕਰੋ ਅਤੇ ਤੁਸੀਂ ਕਾਲ ਕਰਕੇ ਜਿਹੜਾ ਆਪਣਾ ਸਵਾਲ ਪੁੱਛ ਸਕਦੇ ਹੋ। ਜਦੋਂ ਤੁਹਾਨੂੰ ਹੋਲਡ 'ਤੇ ਪਾ ਦਿੱਤਾ ਜਾਂਦਾ ਥੋੜ੍ਹਾ ਜਿਹਾ ਇੰਤਜ਼ਾਰ ਕਰਿਓ, ਜਦੋਂ ਫਿਰ ਤੁਹਾਡਾ ਨਾਮ ਲੈਂਦੇ ਹਾਂ ਅਤੇ ਫਿਰ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਪੁੱਛ ਸਕਦੇ ਹਾਂ। ਜਿਹੜੇ ਕੈਲੀਫੋਰਨੀਆ ਨੂੰ ਅਦਾਲਤ ਨੇ ਜਿਹੜਾ ਕੁਛ ਕਿਹਾ ਆ, ਫੈਡਰਲ ਮੋਟਰ ਜਿਹੜਾ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਵੀ ਉਹ ਜਿਹੜਾ ਸਟੇਟ ਮੀਲ ਅਤੇ ਰੈਸਟ ਬ੍ਰੇਕ ਏਰੀਏ ਰੂਲਸ ਨੂੰ ਲੈ ਕੇ, ਸੋ ਕੀ ਕਹਿੰਦੀ ਹੈ ਜੀ ਇਹ ਹੁਣ ਅਦਾਲਤ ਕੈਲੀਫੋਰਨੀਆ ਨੂੰ? ਜੀ ਬਿਲਕੁਲ, ਇਹ ਜਿਹੜਾ ਇੱਕ ਆਪਣਾ ਕਾਫੀ ਚਰਚਿਤ ਰਿਹਾ ਹੈਗਾ, ਕਿਉਂਕਿ ਜਿਹੜਾ ਫੈਡਰਲ ਆਵਰਸ ਆਫ ਸਰਵਿਸ ਹੈਗੇ ਆ ਉਹਦੇ ਵਿੱਚ ਜਿਹੜੀ ਹਾਫ ਐਨ ਆਵਰ ਦੀ ਮੀਲ ਐਂਡ ਰੈਸਟ ਬ੍ਰੇਕ ਆ ਉਹ ਖਾਰਜ ਕਰਕੇ ਅੱਗੇ ਪਿੱਛੇ ਕਰ ਦਿੱਤੀ ਗਈ ਆ। ਜਿੱਦਾਂ ਕਿ ਕੈਲੀਫੋਰਨੀਆ ਦੇ ਵਿੱਚ ਹੈ ਕਿ 8 ਘੰਟੇ ਦੇ ਬਾਅਦ ਤੁਹਾਨੂੰ ਰੈਸਟ ਬ੍ਰੇਕ ਜਿਹੜੀ ਆ ਉਹ ਪਹਿਲਾਂ ਸੀਗੀ ਫੈਡਰਲ 'ਚ ਵੀ ਸੀਗੀ ਅਤੇ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਰੈਸਟ ਬ੍ਰੇਕ ਅਤੇ ਮੀਲ ਬ੍ਰੇਕ ਹੈਗੀ ਆ ਉਹ ਕੈਲੀਫੋਰਨੀਆ ਦੇ ਰੂਲ ਹੈਗੇ ਆ। ਸੋ ਜਿਹੜੀ 9th ਸਰਕਿਟ ਕੋਰਟ ਹੈਗੀ ਆ, ਕੋਰਟ ਆਫ ਅਪੀਲ ਹੈਗੀ ਆ 9th ਸਰਕਿਟ ਦੀ, ਉਹਨਾਂ ਨੇ ਜਿਹੜਾ FMCSA ਦੇ ਹੱਕ ਦੇ ਵਿੱਚ ਇਹ ਗੱਲ ਕਹੀ ਆ ਕਿ ਜਿਹੜਾ FMCSA ਦੇ ਆਵਰਸ ਆਫ ਸਰਵਿਸ ਹੈਗੇ ਆ ਉਹ ਸੁਪਰਸੀਡ ਕਰਨਗੇ ਕੈਲੀਫੋਰਨੀਆ ਦੇ ਮੀਲ ਐਂਡ ਰੈਸਟ ਬ੍ਰੇਕ ਦੇ ਲਾਅ ਦੇ ਉੱਤੇ, ਜਿੱਦਾਂ ਕਿ ਆਲਰੇਡੀ ਉਹਨਾਂ ਨੇ ਫੈਸਲਾ ਦਿੱਤਾ ਹੋਇਆ ਸੀਗਾ। ਸੋ ਇਹਦਾ ਮਤਲਬ ਇਹ ਆ ਕਿ ਜਿਹੜਾ ਫੈਡਰਲ ਲਾਅ ਹੈਗਾ, ਜਿਹੜਾ ਫੈਡਰਲ ਜਿਹੜੇ ਹੈਗੇ ਆ ਆਪਣੇ ਆਵਰਸ ਆਫ ਸਰਵਿਸ ਦੀ ਰੈਗੂਲੇਸ਼ਨ ਹੈਗੀਆਂ ਉਹ ਸੁਪਰਸੀਡ ਕਰਨਗੀਆਂ। ਜਿਹੜਾ ਕੈਲੀਫੋਰਨੀਆ ਦਾ ਸਟੇਟ ਮੀਲ ਐਂਡ ਰੈਸਟ ਬ੍ਰੇਕ ਰੂਲ ਹੈਗਾ ਉਹ ਲਾਗੂ ਨਹੀਂ ਹੋਏਗਾ ਜਿਹੜੇ ਇੰਟਰ ਸਟੇਟ ਡਰਾਈਵਰ ਹੈਗੇ, ਜਿਹੜੇ ਦੂਜੀਆਂ ਸਟੇਟਾਂ ਦੇ ਵਿੱਚ ਜਾਂ 48 ਸਟੇਟ ਜਾਂ ਕਿਸੇ ਵੀ ਬਾਹਰਲੀ ਸਟੇਟ 'ਚ ਚੱਲਦੇ ਆ। ਸੋ ਉਹਨਾਂ ਦੇ ਉੱਤੇ ਉਹ ਜਿਹੜਾ ਕੈਲੀਫੋਰਨੀਆ ਸਟੇਟ ਮੀਲ ਐਂਡ ਰੈਸਟ ਬ੍ਰੇਕ ਦਾ ਜਿਹੜਾ ਆ ਉਹ ਲਾਗੂ ਨਹੀਂ ਹੋਊਗਾ। ਸੋ ਪਰ ਇਹ ਕਸ਼ਮਕਸ਼ ਹੈਗੀ ਆ ਕਾਫੀ ਮੌਕਿਆਂ ਦੇ ਉੱਤੇ, ਜਿਹੜੇ ਆ ਲੋਕਲ ਇੱਥੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਆਉਂਦੀ ਆ, ਕਈ ਵਾਰੀ ਬਾਹਰਲੀ ਸਟੇਟ ਤੋਂ ਕੋਈ ਟਰੱਕ ਆਉਂਦਾ ਆ ਅਤੇ ਕਈ ਵਾਰੀ ਥੋਪ ਦਿੱਤਾ ਜਾਂਦਾ ਆ ਕਿਉਂਕਿ ਇਕੱਲਾ ਇਕੱਲਾ ਟਰੱਕ ਹੈਗਾ, ਕਈ ਵਾਰੀ ਕੰਪਨੀ ਹੈਗੀ ਆ, ਕਈ ਵਾਰੀ ਨਹੀਂ ਇਹ ਚੱਲਦਾ। ਸੋ ਕੈਲੀਫੋਰਨੀਆ ਵਾਲੇ ਜਿਹੜੇ ਹੈਗੇ ਆ ਆਪਣੇ CHP ਹੈਗੀ ਆ ਜਾਂ ਇੱਥੇ ਜਿਹੜੇ DOT ਵਾਲੇ ਹੈਗੇ ਆ ਉਹ ਕੁਛ ਨਾ ਕੁਛ ਕਈ ਵਾਰੀ ਇੱਦਾਂ ਦੀਆਂ ਮਤਲਬ ਕਿ ਇੱਕਾ ਦੁੱਕਾ ਕੰਪਨੀਆਂ 'ਤੇ ਥੋਪ ਹੋ ਜਾਂਦਾ, ਕਰ ਹੋ ਜਾਂਦਾ। ਪਰ ਡੈਫੀਨੇਟਲੀ ਜਿਹੜਾ ਜੇ ਇਹ ਚੀਜ਼ਾਂ ਜਿੱਦਾਂ ਹੁਣ ਜਿਹੜੀਆਂ ਇੱਥੇ ਕੈਲੀਫੋਰਨੀਆ ਦੀਆਂ ਕੰਪਨੀਆਂ ਹੈਗੀਆਂ ਉਹਨਾਂ ਲਈ ਵੀ ਇਹ ਜਿਹੜਾ ਆ ਉਹ ਪਾਲਣ ਕਰਨਾ ਬਹੁਤ ਜ਼ਰੂਰੀ ਹੈਗਾ ਇਹਨਾਂ ਦੇ ਲਾਜ਼ ਦਾ। ਸੋ ਧਿਆਨ ਦੇ ਨਾਲ ਦੇਖੋ ਜਿਹੜਾ ਤੁਹਾਡਾ ਇਹ ਸਿਸਟਮ ਹੈਗਾ ਕਿ ਤੁਸੀਂ ਸਾਰਾ ਕੁਝ ਡਿਪੈਂਡ ਕਰਦਾ ਤੁਹਾਡਾ ਓਪਰੇਸ਼ਨ ਕੀ ਆ, ਤੁਸੀਂ ਓਪਰੇਸ਼ਨ ਕਿੱਦਾਂ ਕਰ ਰਹੇ ਹੈਗੇ, ਤੁਹਾਡਾ ਓਪਰੇਸ਼ਨਲ ਸੈਟਅਪ ਕੀ ਹੈਗਾ। ਸੋ ਉਹਦੇ ਹਿਸਾਬ ਦੇ ਨਾਲ ਤੁਹਾਡੇ ਉੱਤੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਲਾਗੂ ਹੁੰਦੇ ਆ ਵੀ ਕਿੱਦਾਂ ਲਾਗੂ ਹੋਣੇ ਆ। ਸੋ ਮੇਕ ਸ਼ੋਰ ਕਰੋ ਵੀ ਤੁਹਾਡਾ ਓਪਰੇਸ਼ਨ ਜਿਹੜਾ ਆ ਉਹ ਕਿਸ ਸਾਈਡ 'ਤੇ ਫਿੱਟ ਬੈਠਦਾ। ਜੀ ਬਿਲਕੁਲ, ਉੱਦਾਂ ਜਿਹੜੇ ਰਮਨ ਜੀ ਇਹ ਵੀ ਜਿਹੜੀ ਗੱਲ ਚੱਲ ਰਹੀ ਆ ਵੀ ਜਿਹੜੇ ਟਰੱਕਰਸ ਸੀਗੇ ਉਹ ਉਹਨਾਂ ਦੀਆਂ ਜਿਹੜੀਆਂ ਕੁਛ ਯੂਨੀਅਨਸ ਆ ਉਹਨਾਂ ਨੇ ਮੰਗ ਕਰ ਰਹੇ ਆ ਬਾਈਡਨ ਪ੍ਰਸ਼ਾਸਨ ਤੋਂ ਵੀ ਜਿਹੜੇ ਫੈਡਰਲ ਰੂਲਸ ਹੈਗੇ ਆ ਟਰੱਕਿੰਗ ਦੇ ਉੱਤੇ ਬ੍ਰੇਕਸ ਦੇ ਉੱਤੇ ਉਹਨਾਂ ਨੂੰ ਉਹ ਰਿਵਰਸ ਵੀ ਕਰ ਦੇਣ, ਉਹ ਵਾਪਸ ਜਿਹੜੇ ਉਹ ਲੈ ਲੈਣ। ਇੱਦਾਂ ਦੀ ਰਾਜਕੁਮਾਰ ਖਬਰ ਤਾਂ ਨਹੀਂ ਕੋਈ ਮਿਲੀ ਕੋਈ ਇੱਦਾਂ ਦੇ ਰੂਲਸ ਰਿਵਰਸ ਹੋਣੇ, ਕੋਈ ਮੈਨੂੰ ਲੱਗਦਾ ਨਹੀਂ ਹੈਗਾ ਕਿ ਇੱਦਾਂ ਦੀ ਕੋਈ ਯੂਨੀਅਨ ਦੇ ਮੰਗ ਕੀਤੀ ਆ, ਹੋਏ ਤਾਂ ਨਹੀਂ ਆ ਵੀ ਉਹ ਮੰਗ ਕਰ ਰਹੇ ਆ ਵੀ ਇੱਦਾਂ ਜਿਹੜੇ ਫੈਡਰਲ ਵਾਲੇ ਜਿਹੜੇ ਬ੍ਰੇਕ ਵਾਲੇ ਰੂਲ ਆ ਉਹ ਉਹਨਾਂ ਨੂੰ ਜਿਹੜਾ ਰਿਵਰਸ ਕੀਤਾ ਜਾਵੇ।
ਦੇਖੋ ਉਹ ਤਾਂ ਦੇਖੋ ਟਾਈਮ ਟੂ ਟਾਈਮ ਜਿਹੜੀ ਆ ਮੰਗ ਜਿਹੜੀ ਚੱਲਦੀ ਆਉਂਦੀ ਆ, ਟਾਈਮ ਟੂ ਟਾਈਮ ਜਿਹੜੀਆਂ ਇਹ ਗੱਲਾਂ ਹੁੰਦੀਆਂ ਆਉਂਦੀਆਂ ਜਿਹੜੀਆਂ ਐਸੋਸੀਏਸ਼ਨ ਜਾਂ ਯੂਨੀਅਨ ਜਾਂ ਮੰਗ ਕਰਦੀਆਂ ਰਹਿਣੀਆਂ, ਬਟ ਜਿਹੜੇ ਇੱਦਾਂ ਦੇ ਰੂਲ ਐਂਡ ਰੈਗੂਲੇਸ਼ਨ ਆ ਉਹ ਵਾਪਸ ਹੋਣੇ ਜਾਂ ਕੋਈ ਇੱਦਾਂ ਦੀ ਇਹਨੂੰ ਕਰਨਾ ਜਿਹੜਾ ਆ ਉਹ ਇੱਡਾ ਮਤਲਬ ਕਿ ਈਜ਼ੀ ਨਹੀਂ ਹੈਗਾ, ਇੱਡਾ ਸੌਖਾ ਨਹੀਂ ਹੈਗਾ, ਇਟ ਟੇਕਸ ਟਾਈਮ। ਅਤੇ ਬਾਕੀ ਜਿਹੜੀ ਹੋਰ ਕਈ ਚੀਜ਼ਾਂ ਹੈਗੀਆਂ ਜਿਹੜੀਆਂ, ਇੱਕ ਇਸ ਵੇਲੇ ਜਿਹੜਾ ਮੇਜਰ ਮੁੱਦਾ ਹੈਗਾ ਜਿਹੜਾ ਕਿ ਸੋਚ ਰਹੇ ਸੀਗੇ ਕਿ ਬਾਈਡਨ ਦੇ ਆਉਂਦੇ ਹੀ ਉਹਦੇ ਉੱਤੇ ਅਸਰ ਹੋਊਗਾ ਜਾਂ ਉਹ ਰਿਵਰਸ ਹੋ ਸਕਦਾ ਆ, ਉਹ ਹੈਗਾ ਆ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਅਤੇ ਇੰਪਲੋਈ ਵਾਲਾ ਮਸਲਾ ਹੈਗਾ, ਕੈਲੀਫੋਰਨੀਆ ਵਾਲਾ ਰੂਲ ਨਹੀਂ, ਜਿਹੜਾ ਫੈਡਰਲ ਹੈਗਾ। ਸੋ ਫੈਡਰਲ ਰੂਲ ਦੇ ਵਿੱਚ ਤਬਦੀਲੀ ਆ ਸਕਦੀ ਆ, ਪਰ ਜਿਹੜਾ ਕੈਲੀਫੋਰਨੀਆ ਦਾ ਰੂਲ ਹੈਗਾ ਉਹ ਅਜੇ ਵੀ ਸਟੇ ਆਰਡਰ ਹੈਗਾ, ਉੱਥੇ ਅਜੇ ਵੀ ਸਟੇ ਲੱਗੀ ਆ, ਸੋ ਉਹਦੇ 'ਤੇ ਅਜੇ ਵੀ ਕੋਈ ਫੈਸਲਾ ਨਹੀਂ ਆਇਆ। ਪਰ ਜਿਹੜਾ ਫੈਡਰਲ ਤੌਰ 'ਤੇ ਹੈਗਾ, ਕਿਉਂਕਿ ਇਹ ਜਿਹੜਾ ਮਸਲਾ ਆ ਨਾ ਰਾਜਕਰਨ, ਜਿਹੜਾ AB5 ਦਾ ਜਾਂ ਇੰਪਲੋਈ ਕੰਟਰੈਕਟਰ ਅਤੇ ਇੰਪਲੋਈ ਦਾ ਜਿਹੜਾ ਮਸਲਾ ਆ, ਇਹ ਮਸਲਾ ਲੇਬਰ ਡਿਪਾਰਟਮੈਂਟ ਦਾ ਆ। ਸੋ ਇਹ ਲਾਅ ਜਿਹੜਾ ਲੇਬਰ ਡਿਪਾਰਟਮੈਂਟ 'ਚ ਬਣਿਆ ਸੀਗਾ, ਲੇਕਿਨ ਲਾਗੂ ਤਾਂ ਅਲਟੀਮੇਟਲੀ ਜਿਹੜੇ ਆਪਣੇ ਹੁਣ ਡਰਾਈਵਰ ਹੈਗੇ ਆ ਅਤੇ ਜਾਂ ਜਿਹੜੇ ਆਪਣੇ ਕੰਮ ਕਰਦੇ ਉਹ ਲੇਬਰ ਦੇ ਵਿੱਚ ਲੇਬਰ ਡਿਪਾਰਟਮੈਂਟ ਦੇ ਅੰਡਰ ਹੀ ਆਉਂਦੇ ਆ। ਸੋ ਇਹ ਜਿਹੜਾ ਰੂਲ ਹੈਗਾ ਲੇਬਰ ਡਿਪਾਰਟਮੈਂਟ ਦਾ ਹੈਗਾ, ਸੋ ਇਹ ਉਹ ਜਿਹੜਾ ਫੈਡਰਲ ਲੇਬਰ ਲਾਅ ਹੈਗਾ ਉਹਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਆ, ਉਹ ਜਿਹੜੀ ਆ ਕਾਫੀ ਇਸ ਵੇਲੇ ਗੱਲ ਚੱਲ ਰਹੀ ਆ। ਪਰ ਜੇ ਕਹੀਏ ਵੀ ਹੋਰ ਕਿਸੇ ਦੀ ਆ ਆਵਰਸ ਆਫ ਸਰਵਿਸ ਦੀ ਜਾਂ ਉਹਦੇ ਬਾਰੇ ਦੇ ਵਿੱਚ, ਆਈ ਡੋਂਟ ਥਿੰਕ ਸੋ ਕੋਈ ਏਡਾ ਮੰਗਾਂ ਤਾਂ ਹੁੰਦੀਆਂ ਰਹਿਣੀਆਂ, ਪਰ ਕੋਈ ਚੇਂਜ ਕਰਨ ਦਾ ਕੋਈ ਵੀ ਗੱਲ ਨਹੀਂ ਹੋ ਰਹੀ ਹੈ ਜੀ। ਜੀ ਇੱਕ ਵਾਰੀ ਰਮਨ ਜੀ ਇਹ ਵੀ ਜਿਹੜਾ ਜ਼ਰੂਰ ਦੱਸ ਦਿਓ ਵੀ ਜਿਹੜਾ ਫੈਡਰਲ ਕਾਨੂੰਨ ਕੀ ਆਖਦਾ ਆ ਇਸ ਮਾਮਲੇ ਦੇ ਵਿੱਚ, ਅਤੇ ਕੀ ਚੇਂਜਸ ਦੇ ਜਿਹੜੀਆਂ ਕਿਆਸ ਰਹੀਆਂ ਜਿਹੜੀਆਂ ਉਹ ਹੈਗੀਆਂ। ਇੱਕ ਜਿਹੜਾ ਹੋਰ ਰਾਜਕਰਨ, ਇਸ ਤੋਂ ਪਹਿਲਾਂ ਕਿ ਮੈਂ ਉੱਧਰ ਨੂੰ ਜਾਵਾਂ, ਇੱਕ ਹੋਰ ਜਿਹੜੀ ਚੀਜ਼ ਲਾਸਟ ਵੀਕ ਦੇ ਵਿੱਚ ਆਈ ਹੈਗੀ ਆ ਕਿ FMCSA ਨੇ ਇੱਕ ਪਾਇਲਟ ਪ੍ਰੋਗਰਾਮ ਹੋਰ ਸ਼ੁਰੂ ਕਰਨ ਦੀ ਗੱਲ ਕਹੀ ਆ, ਜਿਹੜੀ ਕਿ ਪਿਛਲੇ ਜਦੋਂ ਆਪਣੇ ਚੇਂਜਿਸ ਆਈਆਂ ਜਿਹੜੀਆਂ, ਰਿਮੈਂਬਰ ਆਪਾਂ ਆਵਰਸ ਆਫ ਸਰਵਿਸ ਦੇ ਵਿੱਚ ਚਾਰ ਚੇਂਜਿਸ ਕੀਤੀਆਂ ਸੀਗੀਆਂ, ਸਪਲਿਟ ਸ਼ਿਫਟ ਵਾਲੀ ਅਤੇ ਹੈ ਨਾ ਉਹ ਵਾਲੀ, ਹੁਣ ਉਹਨਾਂ ਨੇ ਇੱਕ ਪਾਇਲਟ ਪ੍ਰੋਗਰਾਮ ਇੰਟਰੋਡਿਊਸ ਕਰਨ ਦੀ ਗੱਲ ਕਹੀ ਆ ਔਰ ਕਰ ਰਹੇ ਆ ਕਿ ਜਿਹਦੇ ਵਿੱਚ ਜਿਹੜੀ ਸਲੀਪਰ ਬਰਥ ਹੈਗੀ 10 ਘੰਟੇ ਦੀ ਸਲੀਪ ਹੈਗੀ ਆ ਉਹ 8-2 ਦੇ ਵਿੱਚ ਆਪਾਂ ਉਦੋਂ ਜਾਂ ਆਪਾਂ 7-3 ਦੇ ਵਿੱਚ ਸਪਲਿਟ ਕੀਤੀ ਸੀਗੀ, ਠੀਕ ਆ। ਹੁਣ ਉਹਨੂੰ ਟੈਸਟ ਕੀਤਾ ਜਾ ਰਿਹਾ ਵੀ ਕੀ ਉਹਨੂੰ 6-4 ਜਾਂ 5-5 ਦੇ ਵਿੱਚ ਸਪਲਿਟ ਕਰਨ ਦੇ ਵਿੱਚ ਬੈਨੀਫਿਟ ਹੋ ਸਕਦਾ। ਸੋ ਉਹ ਇੱਕ ਨਵਾਂ ਪਾਇਲਟ ਪ੍ਰੋਗਰਾਮ ਜਿਹੜਾ ਲਾਸਟ ਵੀਕ ਅਨਾਊਂਸ ਹੋਇਆ ਆ ਉਹ ਸ਼ੁਰੂ ਹੋਣ ਜਾ ਰਿਹਾ, ਜਿਹਦੇ ਵਿੱਚ ਕਿ ਸਪਲਿਟ ਜਿਹੜੀ ਸਲੀਪ ਹੈਗੀ ਆ ਉਹਨੂੰ 6-4 ਅਤੇ 5-5 ਦੇ ਵਿੱਚ ਸਪਲਿਟ ਕਰਨ ਦੀ ਗੱਲ ਕੀਤੀ ਜਾ ਰਹੀ ਆ, ਔਰ ਉਹਦਾ ਪਾਇਲਟ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ। ਔਰ ਇਹ ਜਦੋਂ ਆਪਾਂ ਸਪਲਿਟ ਦੇ ਕਮੈਂਟ ਪੀਰੀਅਡ ਸੀ ਨਾ ਜੀ ਜੀ, ਸੋ ਉਦੋਂ ਕਾਫੀ ਜਿਹੜੇ ਕਮੈਂਟ ਸੀਗੇ ਮੈਂ ਵੀ ਰੀਡ ਕੀਤੇ ਸੀਗੇ ਜਾ ਕੇ, ਕਾਫੀ ਕਮੈਂਟਸ ਜਿਹੜੇ ਪੜ੍ਹੇ ਸੀ 1x1 ਜਾ ਕੇ ਉਹਦੇ ਵਿੱਚ, ਅਤੇ ਉਹਦੇ ਵਿੱਚ ਕਾਫੀ ਲੋਕਾਂ ਨੇ ਇਹ ਗੱਲ ਕੀਤੀ ਸੀਗੀ ਕਿ 8-2 ਦੀ ਪਹਿਲਾਂ ਸੀਗੀ ਅਤੇ 7-3 ਦੀ ਕਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋ ਸਕਦਾ, ਜਾਂ ਤਾਂ 6-4 ਦੀ ਕਰੋ ਜਾਂ 5-5 ਦੀ ਕਰੋ, ਹੈ ਨਾ। ਬਈ ਜਿਹੜਾ ਰੋਡ 'ਤੇ ਜਿਹੜਾ ਡਰਾਈਵਰ ਹੁੰਦਾ ਆ, ਔਰ ਮੈਂ ਖੁਦ ਡਰਾਈਵਿੰਗ ਕੀਤੀ ਆ 48 ਸਟੇਟਸ ਦੀ, ਜਿਹੜਾ 48 ਸਟੇਟਸ ਦੇ ਵਿੱਚ ਚੱਲਦਾ ਹੈ ਨਾ, ਉਹ 5-6 ਘੰਟੇ ਤੋਂ ਵੱਧ ਸੌਂਦਾ ਨਹੀਂ ਗਾ ਡਰਾਈਵਰ, ਨਹੀਂ ਨੀਂਦ ਆਉਂਦੀ ਉਹਨੂੰ ਰੋਡ ਦਿੱਤੇ, ਠੀਕ ਹੈ ਨਾ। ਸੋ ਜ਼ਿਆਦਾਤਰ ਡਰਾਈਵਰ ਜਿਹੜੇ ਯੂਜ਼ ਟੂ ਹੋਏ ਹੁੰਦੇ ਆ ਇੰਨੇ ਕੁ 5-6 ਘੰਟੇ ਦੀ ਸਲੀਪ ਦੇ ਵਿੱਚ, ਹੈ ਨਾ। ਅਤੇ ਬਾਕੀ ਫਿਰ 6 ਘੰਟੇ ਦੀ ਸਲੀਪ ਤੋਂ ਬਾਅਦ ਫਿਰ ਉਹਨਾਂ ਨੂੰ ਉੱਠ ਕੇ ਅਤੇ ਫਿਰ ਉਹ ਜਿਹੜੇ 4 ਘੰਟੇ ਹੁੰਦੇ ਆ ਜਾਂ ਮੰਨ ਲਓ 7 ਘੰਟੇ ਸੌਂ ਲਏ ਜਦੋਂ 10 ਘੰਟੇ ਦੀ ਸਲੀਪ ਸੀਗੀ, ਜਿਹੜੇ ਰੈਸਟ 3 ਘੰਟੇ ਹੁੰਦੇ ਆ ਉਹ ਫਿਰ ਖਰਾਬ ਕਰਦੇ ਆ ਇੱਧਰ ਉੱਧਰ ਕਰਕੇ, ਮਤਲਬ ਉਹਨਾਂ ਨੇ ਟਾਈਮ ਪੂਰਾ ਕਰਨਾ ਹੁੰਦਾ 10 ਘੰਟੇ, ਠੀਕ ਹੈ ਨਾ। ਤੋ ਐਕਚੁਅਲ ਦੇ ਵਿੱਚ ਉਹ ਰੈਸਟ ਨਹੀਂ ਕਰਦੇ, ਉਹ ਉੱਥੇ ਜਾਂ ਟਰੱਕ ਸਟਾਪ 'ਤੇ ਚਲੇ ਗਏ, ਹੌਲੀ ਹੌਲੀ ਨਹਾ ਲਿਆ, ਹੌਲੀ ਹੌਲੀ ਆਹ ਕਰ ਲਿਆ, 10 ਘੰਟੇ ਤਾਂ ਪੂਰੇ ਕਰਨੇ ਹੀ ਕਰਨੇ ਆ, ਠੀਕ ਹੈ ਨਾ। ਸੋ ਉਹ ਚੀਜ਼ਾਂ ਜਿਹੜੀਆਂ ਸੀ ਉਹਨਾਂ ਦੇ ਵਿੱਚ ਪ੍ਰੋਬਲਮ ਸੀ। ਹੁਣ ਜੇ 5-5 ਦੀ ਤੁਸੀਂ ਸਲੀਪ ਕਰ ਦਿੰਦੇ, ਅਗਲਾ 5 ਘੰਟੇ ਸੌਂ ਲੈਂਦਾ, ਮੁੜ ਕੇ ਅਗਲਾ 5 ਘੰਟੇ ਚਲਾ ਲੈਂਦਾ, ਫਿਰ ਅਗਲਾ 5 ਘੰਟੇ ਅੱਗੇ ਉੱਥੇ ਅਨਲੋਡਿੰਗ 'ਤੇ ਚਲਾ ਗਿਆ, ਹੁਣ ਉੱਥੇ ਟਰੱਕ ਖੜਾ ਕਰਕੇ ਉੱਥੇ ਸਲੀਪ ਚਲਾ ਗਿਆ ਜਾਂ ਉੱਥੇ ਕਰ ਲਿਆ, ਕਿੱਦਾਂ ਵੀ ਆ ਮੈਨੇਜ ਹੋ ਜੂ। ਸੋ ਈਜ਼ੀ ਆ ਜਿਹੜੀ 4-6 ਦੀ ਜਾਂ 5-5 ਦੀ ਸਪਲਿਟ ਆ। ਜੀ ਜੀ ਬਿਲਕੁਲ, ਬੰਦੇ ਨੂੰ ਜਿੰਨੀ ਨੀਂਦ ਆਈ ਉਸ ਹਿਸਾਬ ਦੇ ਨਾਲ ਜਿਹੜਾ ਉਹ ਫਿਰ ਬੰਦਾ ਕੰਮ ਕਰ ਸਕਦਾ। ਅਤੇ ਬਿਲਕੁਲ, ਜੇ ਤੁਹਾਡਾ ਵੀ ਟਰੈਕਿੰਗ ਦੇ ਨਾਲ ਸੰਬੰਧਿਤ ਤੁਹਾਡਾ ਕੋਈ ਸਵਾਲ ਹੈਗਾ, ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272-5200, 408-272-5200, ਇਸ ਨੰਬਰ ਦੇ ਉੱਤੇ ਜਿਹੜੀ ਆ ਤੁਸੀਂ ਕਾਲ ਕਰ ਸਕਦੇ ਆ। ਅਗਲੀ ਰਮਨ ਜੀ ਇੱਕ ਰਾਈਟ ਨਾਓ ਜਿਹੜੀ ਖਬਰ ਜਿਹੜੀ ਸੁਣਨ ਨੂੰ ਆ ਰਹੀ ਆ, ਇੱਕ ਵਾਰੀ ਫਿਰ ਇੱਕ ਆਪਣੇ ਪੰਜਾਬੀ ਟਰੱਕਰ ਨੇ ਇੱਕ ਬਹੁਤ ਪੁਰਾਣਾ ਬ੍ਰਿਜ
ਜਿਸ ਦੇ ਉੱਤੇ ਉਹ ਭਾਰ ਸਹਿਣ ਦੀ ਸ਼ਮਤਾ ਨਹੀਂ ਸੀ ਉਸ ਨੂੰ ਜਿਹੜਾ ਉਹ ਤੋੜ ਦਿੱਤਾ। ਇਸ ਵਾਰ ਅਰਕਨਸਾ ਦੇ ਵਿੱਚ ਇਨਫੈਕਟ 2019 ਦੇ ਵਿੱਚ ਹੀ ਇਹ ਜਿਹੜੀ ਘਟਨਾ ਵਾਪਰੀ ਸੀ, ਪਰ ਹੁਣ ਜਿਹੜਾ ਕਹਿੰਦੇ ਵੀ ਉਸ ਕੰਪਨੀ ਦੇ ਖਿਲਾਫ਼ ਅਤੇ ਉਸ ਡਰਾਈਵਰ ਦੇ ਖਿਲਾਫ਼ ਹੁਣ ਲਾ ਸੂਟ ਜਿਹੜਾ ਉਹ ਫਾਈਲ ਕੀਤਾ ਗਿਆ ਹੈਗਾ ਆ। ਹਰਜਿੰਦਰ ਸਿੰਘ ਜਿਹੜੇ ਡਰਾਈਵਰ ਦੱਸੇ ਜਾਂਦੇ ਸੀਗੇ ਉਸ ਟਰੱਕ ਦੇ, ਜਿਨ੍ਹਾਂ ਨੇ ਅਰਕਨਸਾ ਦੇ ਵਿੱਚ ਇੱਕ ਕਾਫੀ ਸਾਲ ਪੁਰਾਣਾ ਜਿਹੜਾ ਇੱਕ ਟਰੱਕ ਜਿਹੜੇ ਪੁੱਲ ਦੀ ਜਿਹੜੀ ਉਸ ਟਾਈਮ ਦੇ ਉੱਤੇ ਕਮੈਸਟੀ 6 ਟਨ ਸੀਗੀ, ਅਤੇ ਉਹਨਾਂ ਨੇ ਚੰਗਾ ਭਾਰਾ ਆਪਣਾ ਟਰੱਕ ਜਿਹੜਾ ਉਹ ਲੈ ਗਏ ਸੀ, ਅਤੇ ਫਿਰ ਉਹ ਨਾਲ ਦੇ ਨਾਲ ਹੀ ਉੱਥੇ ਉਹ ਟੁੱਟ ਗਿਆ ਸੀਗਾ। ਸੋ ਹੁਣ ਕਹਿੰਦੇ ਆ ਵੀ ਉੱਥੇ ਲਾ ਸੂਟ ਇਹਨਾਂ ਦੇ ਉੱਤੇ ਫਾਈਲ ਕੀਤਾ ਜਾਊਗਾ। 88 ਸਾਲ ਪੁਰਾਣਾ ਜਿਹੜਾ ਉਹ ਬ੍ਰਿਜ ਸੀਗਾ ਜਿਸ ਦੇ ਨਾਲ ਇਹ ਹੋਇਆ। ਬਿਲਕੁਲ ਬਿਲਕੁਲ ਰਾਜਕਰਨ, ਇਹ ਜਿਹੜੀ ਚੀਜ਼ ਹੈ ਨਾ ਇਹ ਬਹੁਤ ਹੀ ਜ਼ਰੂਰੀ ਹੈਗੀ ਆ। ਜਿਹੜੇ ਆਪਣੇ ਪੁਰਾਣੇ ਡਰਾਈਵਰ ਸੀਗੇ ਜਾਂ ਜਿਹੜੇ ਆਪਣੇ ਜਦੋਂ ਐਕਸਪੀਰੀਅੰਸ ਡਰਾਈਵਰ ਜਿਹਨੂੰ ਕਹਿ ਦਿੰਦੇ ਹਾਂ, ਮੈਂ ਇੱਕ ਗੱਲ ਕਰਦਾ ਕਿ ਅਸੀਂ ਜਦੋਂ ਟਰੱਕ ਸਿੱਖਦੇ ਹੁੰਦੇ ਸੀਗੇ ਜਾਂ ਚਲਾਉਂਦੇ ਸੀਗੇ, ਇੱਕ ਚੀਜ਼ ਕਹੀ ਜਾਂਦੀ ਸੀਗੀ ਕਿ ਰੋਡ 'ਤੇ ਜਾਂਦਿਆਂ ਹੋਰ ਕੁਛ ਨਾ ਦੇਖੋ ਲੇਕਿਨ ਔਰੇਂਜ 'ਤੇ ਯੈਲੋ ਸਾਈਨ ਜ਼ਰੂਰ ਦੇਖੋ। ਔਰੇਂਜ 'ਤੇ ਯੈਲੋ ਸਾਈਨ ਟਰੱਕਰ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ, ਠੀਕ ਹੈ ਜੀ। ਕਿਉਂਕਿ ਇਹ ਜਿਹੜੇ ਬ੍ਰਿਜਸ ਹੈਗੇ ਆ ਅੱਜ ਕੱਲ੍ਹ ਤਾਂ ਚਲੋ ਬਹੁਤ ਜ਼ਿਆਦਾ ਤੁਹਾਡਾ ਐਡਵਾਂਸ ਹੋ ਗਿਆ ਕਿ ਅੱਜ ਕੱਲ੍ਹ GPS ਸਿਸਟਮ ਜਿਹੜੇ ਆ ਉਹ ਜਦੋਂ ਤੁਸੀਂ ਆਪਣਾ ਰਾਊਟ ਪਾਉਂਦੇ ਆ, ਅਤੇ ਬਹੁਤ GPS ਸਿਸਟਮ ਐਸੇ ਹੈਗੇ ਆ ਜਿਹੜੇ ਕਿ ਤੁਹਾਡੇ ਜੇ ਲੋਅ ਬ੍ਰਿਜ ਹੈਗਾ ਅਤੇ ਤੁਹਾਨੂੰ ਤੁਸੀਂ ਜੇ ਆਪਣੇ ਪ੍ਰੋਫਾਈਲ ਕ੍ਰੀਏਟ ਕਰਨ ਲੱਗਿਆ ਉਸ GPS ਦੇ ਵਿੱਚ ਤੁਸੀਂ ਦੱਸਿਆ ਕਿ ਮੇਰਾ ਟਰੱਕ ਕਿੱਡਾ ਉੱਚਾ ਹੈਗਾ ਜਾਂ ਨੋਰਮਲੀ 13.6 ਫੁੱਟ ਹਾਈਟ ਹੁੰਦੀ ਹੈ ਟ੍ਰੇਲਰ ਦੀ, ਸੋ ਉਹ ਦੱਸਿਆ ਹੁੰਦਾ, ਉਹ ਹੁੰਦਾ ਜਿਹੜਾ ਇੱਕ ਯੂਨੋ ਡੀਫਾਲਟ ਵਿੱਚ ਹੈਗਾ। ਸੋ ਉਹਦੇ ਅਕੋਰਡਿੰਗਲੀ ਅੱਜ ਕੱਲ੍ਹ ਦੇ GPS ਤੁਹਾਨੂੰ ਗਾਈਡ ਕਰ ਦਿੰਦੇ ਆ ਕਿ ਇੱਥੇ ਲੋਅ ਬ੍ਰਿਜ ਹੈਗਾ ਆ, ਹੈ ਨਾ। ਜਿਹੜਾ ਆਪਣਾ ਵੈਸਟਰਨ ਸਾਈਡ ਆਫ ਦਾ US ਹੈਗਾ ਇਹਦੇ ਵਿੱਚ ਲੋਅ ਬ੍ਰਿਜਸ ਬਹੁਤ ਘੱਟ ਹੈਗੇ ਆ ਕਿਉਂਕਿ ਇਹ ਜ਼ਿਆਦਾਤਰ ਨਵਾਂ ਬਣਿਆ ਹੈਗਾ ਇੱਧਰਲਾ ਏਰੀਆ। ਇੱਧਰਲੀ ਸਾਈਡ 'ਤੇ ਬ੍ਰਿਜਸ ਥੋੜ੍ਹੇ ਜੇ ਤੁਹਾਨੂੰ ਲੋਅਰ ਬ੍ਰਿਜ ਆ ਬਹੁਤ ਘੱਟ ਮਿਲਣਗੇ, ਪਰ ਜੇ ਤੁਸੀਂ ਜਦੋਂ ਮਿਡ ਵੈਸਟ ਤੋਂ ਤੁਸੀਂ ਈਸਟ ਕੋਸਟ ਨੂੰ ਚਲੇ ਜਾਂਦੇ ਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਏਰੀਏ ਐਸੇ ਮਿਲਣਗੇ ਜਿੱਥੇ ਕਿ ਲੋਅ ਬ੍ਰਿਜਸ ਆ। ਮੈਮਫਿਸ ਚਲੇ ਜਾਓ ਤੁਸੀਂ, ਜਿੰਨੇ ਪੁਰਾਣੇ ਸਿਟੀਜ਼ ਹੈਗੇ ਆ, ਜੇ ਤੁਸੀਂ ਮੈਮਫਿਸ ਤੋਂ ਇੱਧਰ ਨੂੰ ਟੈਨਸੀ ਵੱਲ ਨੂੰ ਨਿਕਲਦੇ ਹੈਗੇ ਤਾਂ ਇੱਕ ਫ੍ਰੀਵੇ ਦੇ ਤਾਂ ਬਿਲਕੁਲ ਹੀ ਸਾਰਾ ਹੀ ਫ੍ਰੀਵੇ ਜਿਹੜਾ ਉਹ ਲੋਅਰ ਬ੍ਰਿਜ ਆ। ਸੋ ਉਹ ਕਈ ਜਗ੍ਹਾ ਐਸੀਆਂ ਹੈਗੀਆਂ ਜਿੱਥੇ ਕਿ ਇਹ ਚੀਜ਼ਾਂ ਹੈਗੀਆਂ, ਔਰ ਇਹ ਚੀਜ਼ਾਂ ਡਰਾਈਵਰ ਦੇ ਧਿਆਨ ਰੱਖਣ ਯੋਗ ਹੈਗੀਆਂ, ਉਹਦੀ ਪਰਸਨਲ ਲਾਈਫ ਆ, ਉਹਦੀ ਪਰਸਨਲ ਚੀਜ਼ ਹੈਗੀ ਆ। ਤੁਸੀਂ ਟਰੱਕ 'ਤੇ ਜਾ ਰਹੇ ਹੈਗੇ, ਰੱਬ ਨਾ ਕਰੇ ਇੱਦਾਂ ਦੀ ਜਗ੍ਹਾ ਤੁਸੀਂ ਦੇਖੋ, ਤੁਸੀਂ ਵੀ ਆਪਣਾ ਨੁਕਸਾਨ ਕਰ ਸਕਦੇ ਹੋ। ਬਿਲਕੁਲ ਜੀ। ਸੋ ਇਹ ਚੀਜ਼ਾਂ ਹੈਗੀਆਂ ਕਿ ਇਹ ਜਿਹੜੇ ਲੋਅਰ ਬ੍ਰਿਜ ਆ ਨਾ ਇਹਨਾਂ ਦਾ ਜ਼ਿਆਦਾ ਮੈਂ ਅਤੇ ਮੇਰੇ ਖਿਆਲ ਦੇ ਵਿੱਚ ਮੈਂ ਕਾਫੀ ਸਾਰੀਆਂ ਸਟੇਟਾਂ ਦੇ ਵਿੱਚ ਡਰਾਈਵ ਕੀਤਾ ਹੈਗਾ, ਕੋਈ ਇੱਦਾਂ ਜ਼ਿਆਦਾ ਨਹੀਂ ਹੈਗਾ, ਪਰ ਜੇ ਤੁਸੀਂ ਥੋੜ੍ਹੀ ਜਿਹੀ ਕਾਮਨ ਸੈਂਸ ਰੱਖੋ ਵੀ ਜੇ ਘੱਟੋ ਘੱਟ ਬ੍ਰਿਜ ਦਾ ਵੇਟ ਜਿਹੜਾ ਆ, ਲੋਅ ਬ੍ਰਿਜ ਆ ਬ੍ਰਿਜ ਦਾ ਵੇਟ ਆ, ਜੇ ਤੁਹਾਨੂੰ ਗੱਟ ਫੀਲਿੰਗ ਹੋ ਰਹੀ ਆ ਕਿ ਜਿਹੜੀ ਸੜਕ 'ਤੇ ਤੁਸੀਂ ਜਾ ਰਹੇ ਆ ਟਰੱਕ ਜਾਣਾ ਨਹੀਂ ਚਾਹੀਦਾ, ਬੰਦੇ ਨੂੰ ਪਤਾ ਲੱਗ ਜਾਂਦਾ ਉੱਥੇ ਲਿਖਿਆ ਆਉਂਦਾ ਥਾਂ ਥਾਂ 'ਤੇ ਨਾਟ ਟਰੱਕ ਰਾਊਟ, ਠੀਕ ਹੈ, ਥਾਂ ਥਾਂ 'ਤੇ ਲਿਖਿਆ ਆਉਂਦਾ। ਬ੍ਰਿਜ ਤੋਂ ਪਹਿਲਾਂ ਕਈ ਵਾਰੀ ਵਾਰਨਿੰਗ ਦਿੱਤੀ ਹੁੰਦੀ ਹੈ ਵੀ ਬ੍ਰਿਜ ਹਲਕਾ ਆ ਕੁਛ ਆ, ਬਾਕੀ ਕੁਛ ਦੇਖਣ ਦੇ ਨਾਲ ਵੀ ਬੰਦੇ ਨੂੰ ਆਪਣੀ ਕਾਮਨ ਸੈਂਸ ਵੀ ਯੂਜ਼ ਕਰਨੀ ਚਾਹੀਦੀ ਹੈ ਵੀ ਦਿਖਦਾ ਆ ਮੈਨੂੰ ਵੀ ਇਹ ਗਲਤ ਆ ਕੰਮ, ਵੀ ਮੈਂ ਕਿਉਂ ਵੜਨ ਲੱਗਾ ਆ। ਸੋ ਇਹ ਥੋੜ੍ਹੀਆਂ ਜਿਹੀਆਂ ਜੀ, ਅਤੇ ਆਈ ਥਿੰਕ ਰਮਨ ਜੀ ਇੱਥੇ ਇਹ ਵੀ ਚੀਜ਼ ਦੇਖਣੀ ਚਾਹੀਦੀ ਹੈ ਵੀ ਗੂਗਲ ਮੈਪਸ ਆਮ ਗੱਡੀਆਂ ਦੇ ਲਈ ਆ, ਆਈ ਥਿੰਕ ਟਰੱਕਿੰਗ ਦਾ GPS ਤੁਹਾਨੂੰ ਡਿਫਰੈਂਟ ਜਿਹੜਾ ਉਹ ਵਰਤਣਾ ਚਾਹੀਦਾ ਆ। ਸੋ ਜਿਹੜਾ ਗੂਗਲ ਮੈਪ ਨੂੰ ਟਰੱਕ ਜਦੋਂ ਚਲਾਉਣ ਲੱਗੇ ਉਸ ਦੀ ਜਿਹੜੀ ਵਰਤੋਂ ਨਾ ਕਰੋ, ਉਹ ਤੁਸੀਂ ਆਪਣਾ ਜਿਹੜਾ ਸਪੈਸੀਫਿਕ ਟਰੱਕਿੰਗ ਦਾ GPS ਹੁੰਦਾ ਆ ਉਹਨਾਂ ਦੀ ਜਿਹੜੀ ਵਰਤੋਂ ਕਰਿਆ ਕਰੋ। ਅਤੇ ਆਪਣੇ ਨਾਲ ਕੁਛ ਕਾਲਰ ਜਿਹੜੇ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਇਸ ਟਾਈਮ ਇਕਬਾਲ ਸਿੰਘ ਧਾਮੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੱਟੇ ਹੋਣਾ ਮਰ ਗਿਆ। ਸਤਿ ਸ਼੍ਰੀ ਅਕਾਲ ਜੀ। ਆਪਣਾ ਰਮਨ ਭਾਈ, ਰਮਨ ਭਾਈ ਮੈਂ ਪੁੱਛਣਾ ਸੀਗਾ ਜਿਹੜਾ ਆਪਣੇ ਉਹ ਪੇਪਰ ਲੌਂਗ ਬੁੱਕ ਸੀ ਕੈਲੀਫੋਰਨੀਆ 'ਚ ਚੱਲਦੀ, ਉਹ ਚੱਲਦੀ ਹੈਗੀ ਜਾਂ ਨਹੀਂ? ਭਾਜੀ ਅਜੇ ਤੱਕ ਤਾਂ ਚੱਲਦੀ ਹੈਗੀ, ਕੋਈ ਨੋਟੀਫਿਕੇਸ਼ਨ ਨਹੀਂ ਆਈ ਵੀ ਉਹਨੂੰ ਚੇਂਜ ਕਰਤਾ, ਅਡੋਪਟ ਕਰ ਲਿਆ ਨਵੀਂ ਨੂੰ। ਅਜੇ ਤੱਕ ਤਾਂ ਉੱਦਾਂ ਹੀ ਆ ਜਿੱਦਾਂ ਲਾਸਟ ਈਅਰ ਆਪਾਂ ਇਹ ਗੱਲ ਕੀਤੀ ਸੀ ਕਿ ਸ਼ਾਇਦ ਹੋ ਸਕਦਾ ਕਿ ਉਹਨਾਂ ਦੀ ਪ੍ਰੈਸ ਰਿਲੀਜ਼ ਆ ਜਾਵੇ, ਜਿਹੜੀ ਕਿ ਮੈਨੂੰ ਇੰਟਰਨਲੀ ਪਤਾ ਲੱਗਾ ਸੀਗਾ ਕਿ ਸ਼ਾਇਦ ਉਹ ਐਕਸਟੈਂਡ ਕਰ ਰਹੇ 1 ਸਾਲ ਲਈ, ਪਰ ਅਜੇ ਤੱਕ ਉਹਨਾਂ ਨੇ ਪੇਪਰ ਕੋਈ ਪ੍ਰੈਸ ਰਿਲੀਜ਼ ਨਹੀਂ ਆਈ ਹੈਗੀ। ਮੈਂ ਟਰਾਈ ਕਰੂੰਗਾ ਕਿ ਫਿਰ ਵੀ ਮੈਂ ਇਸ ਵੀਕ ਦੇ ਵਿੱਚ ਜੇ ਮੇਰੇ ਕੋਲੋਂ CHP ਨਾਲ ਗੱਲ ਹੋ ਗਈ ਤਾਂ ਕੋਸ਼ਿਸ਼ ਕਰਾਂਗੇ। ਸੋ ਰਮਨ ਜੀ, ਜੇ ਉਹਨਾਂ ਨੇ ਪ੍ਰੈਸ ਰਿਲੀਜ਼ ਨਹੀਂ ਦਿੱਤੀ, ਅਸੀਂ ਐਕਸਟੈਂਡ ਕਰ ਰਹੇ ਹਾਂ, ਕੀ ਇਹਦਾ ਮਤਲਬ ਆ ਇਨਫੋਰਸਮੈਂਟ ਮੰਨ ਕੇ ਚੱਲੀ ਜਾਵੇ ਵੀ ਉਹ ਇਨਫੋਰਸ ਕਰਨਗੇ?
ਨਹੀਂ ਇਨਫੋਰਸ ਨਹੀਂ ਕਰ ਰਹੇ ਹੈਗੇ ਇਹ ਕਨਫਰਮੇਸ਼ਨ ਉਹਨਾਂ ਨੇ ਦਿੱਤੀ ਸੀਗੀ ਕਿ ਅਸੀਂ ਇਨਫੋਰਸ ਨਹੀਂ ਕਰ ਰਹੇ ਹੈਗੇ ਬਿਕੋਜ਼ ਯੂ ਨੋ ਦੇਅਰ ਇਜ਼ ਅ ਰੀਜ਼ਨ ਬਿਕੋਜ਼ ਆਫ ਕੋਵਿਡ ਉਹ ਸਿੰਪਲ ਕੋਵਿਡ ਦਾ ਰੀਜ਼ਨ ਦੇ ਕੇ ਉਹਨੂੰ ਇਨਫੋਰਸ ਨਹੀਂ ਕਰ ਰਹੇ ਹੈਗੇ ਬਟ ਆਫੀਸ਼ੀਅਲੀ ਕੋਈ ਵੀ ਉਹਦੀ ਐਸੀ ਇਨਫੋਰਮੇਸ਼ਨ ਨਹੀਂ ਆਈ ਅਜੇ ਕਿ ਜਿਹਦੇ ਕੋਲੋਂ ਇਹ ਪਤਾ ਲੱਗੇ ਕਿ ਉਹਨਾਂ ਨੇ 6 ਮਹੀਨੇ ਵਾਸਤੇ ਸਾਲ ਵਾਸਤੇ ਅੱਗੇ ਐਕਸਟੈਂਡ ਕਰਤਾ ਹੈ ਇਹਨੂੰ ਪਰ ਡੈਫੀਨੇਟਲੀ ਅਜੇ ਇਨਫੋਰਸ ਨਹੀਂ ਕਰ ਰਹੇ ਸੋ ਇਹ ਆ ਵੀ ਕਿਸੇ ਵੀ ਦਿਨ ਜੇ ਉਹਨਾਂ ਦਾ ਮੂਡ ਚੇਂਜ ਕੀਤਾ ਤਾਂ ਇਨਫੋਰਸਮੈਂਟ ਹੋਏ ਤਾਂ ਮਤਲਬ ਸ਼ੁਰੂ ਕਰ ਸਕਦੇ ਆ ਸੋ ਕਿਉਂਕਿ ਉਹਨਾਂ ਨੇ ਐਕਸਟੈਂਸ਼ਨ ਦੀ ਤਾਂ ਕੋਈ ਗੱਲ ਇਸ ਦੇ ਵਿੱਚ ਕੀਤੀ ਨਹੀਂ ਹੈਗੀ ਰਾਈਟ ਨੂੰ ਆਪਾਂ ਇਹ ਮੰਨ ਕੇ ਚੱਲੀਏ ਵੀ ਜਿੱਦਣ ਚਾਹੀਏ ਤਾਂ ਉਦਣ ਉਹ ਇਨਫੋਰਸਮੈਂਟ ਚਾਲੂ ਕਰ ਸਕਦੇ ਆ ਸੋ ਤਿਆਰੀ ਰੱਖੋ ਇਹ ਇਹ ਆਪਾਂ ਕਹਿ ਸਕਦੇ ਹਾਂ ਆਪਣੇ ਸਾਰਿਆਂ ਨੂੰ ਜੀ ਥੈਂਕ ਯੂ ਜੀ ਕਾਲ ਦੇ ਲਈ ਮਿਹਰਬਾਨੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਦਲਜੀਤ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਹਾਂਜੀ ਮੈਂ ਬੜੀ ਵਾਰੀ ਟਰਾਈ ਕੀਤੀ ਜੀ ਅੱਗੇ ਲੱਗਦਾ ਨਹੀਂ ਹੁੰਦਾ ਫੋਨ ਚ ਪਹਿਲੀ ਵਾਰੀ ਲੱਗਦਾ ਜੀ ਮੈਂ ਦੋ ਤਿੰਨ ਪੁਆਇੰਟ ਜੀ ਡਿਸਕਸ ਕਰਨਾ ਚਾਹੁੰਦਾ ਜੀ ਮੈਂ ਨਾ ਆਪਣਾ ਟਰੱਕ ਲਾਇਸੈਂਸ ਲਿਆ ਸੀਗਾ ਜੀ 2001 ਚ ਲਿਆ ਸੀਗਾ ਤੇ ਮੈਂ ਮਤਲਬ ਉਦੋਂ ਤੋਂ ਸਿੱਖਦਾ ਹੀ ਆ ਰਿਹਾ ਜੀ ਰੋਜ਼ ਸਿੱਖਦਾ ਕੁਛ ਨਾ ਕੁਛ ਨਵਾਂ ਤੇ ਮੈਂ ਗੱਲ ਕਰਨੀ ਚਾਹੁੰਦਾ ਜੀ ਕਈ ਸਟੇਟਾਂ ਦੇ ਵਿੱਚ ਨਾ ਜਿੱਦਾਂ ਜਦੋਂ ਆਪਾਂ ਕਾਰ ਦਾ ਲਾਇਸੈਂਸ ਲੈਂਦੇ ਹਾਂ ਉਹ 'ਚ ਟਰੱਕ ਦੇ ਕੁਐਸਚਨ ਆਂਸਰ ਹੁੰਦੇ ਆ ਉਹਦੇ ਵਿੱਚ ਜਦੋਂ ਜਿੱਥੇ ਟਰੱਕ ਦੇ ਕੁਐਸਚਨ ਆਂਸਰ ਹੁੰਦੇ ਆ ਉੱਥੇ ਤੁਸੀਂ ਦੇਖੋਗੇ ਵੀ ਜਿੱਥੇ ਕਾਰ ਤੁਹਾਡੇ ਅੱਗੇ ਐਂਟਰ ਕਰਦੀ ਆ ਜਾਂ ਟਰਨ ਲੈਂਦੀ ਆ ਉਹਦੇ 'ਚ ਬੜਾ ਖਿਆਲ ਰੱਖਦੇ ਨੇ ਨਾ ਉਹ ਜਿਹਨਾਂ ਸਟੇਟਾਂ 'ਚ ਕੁਐਸਚਨ ਆਂਸਰ ਨਹੀਂ ਹੁੰਦੇ ਉੱਥੇ ਜ਼ਿਆਦਾ ਐਕਸੀਡੈਂਟ ਹੁੰਦੇ ਆ ਸੈਮੀ ਟਰੱਕ ਦੇ ਨਾਲ ਜਿਹੜੀਆਂ ਕਾਰਾਂ ਦੇ ਹੈਗੇ ਆ ਉਹ ਵੈਸੇ ਲਾਇਸੈਂਸ ਦੇ ਵਿੱਚ ਕੁਐਸਚਨ ਟਰੱਕ ਦੇ ਹੋਣੇ ਚਾਹੀਦੇ ਹਰੇਕ ਸਟੇਟ ਦੇ ਵਿੱਚ ਤੇ ਦੂਸਰਾ ਜੀ ਮੈਂ ਇੱਥੇ ਸਿਟੀ 'ਚ ਕੰਮ ਕਰਦੇ ਹਾਂ ਜੀ ਅਸੀਂ ਕਾਫੀ ਪੰਜਾਬੀ ਆ ਮੁੰਡੇ ਉਹ ਕੰਕਰੀਟ ਦਾ ਕਰਦੇ ਜੀ ਜਿੱਦਾਂ ਬਜਰੀ ਰੇਤਾ ਦਾ ਤੇ ਇੱਥੇ ਹੂਸਟਨ ਸ਼ਹਿਰ ਟੈਕਸਸ ਦੀ ਮੈਂ ਗੱਲ ਕਰ ਰਿਹਾ ਜੀ ਇੱਥੇ ਬੜੀ ਮੇਜਰ ਪ੍ਰੋਬਲਮ ਹੈ ਜਿੱਦਾਂ ਉਹ ਕੀ ਕਰਦੇ ਆ ਕਾਰਾਂ ਵਾਲੇ ਜਿੱਦਾਂ ਤੀਜੀ ਲਾਈਨ ਤੋਂ ਟਰਨ ਮਾਰਨ ਲੱਗੇ ਜੀ ਤੁਹਾਡੇ ਅੱਗੇ ਬ੍ਰੇਕ ਮਾਰਤੀ ਜੀ ਕੋਈ ਮਿਡਲ ਫਿੰਗਰ ਸ਼ੋ ਕਰਦਾ ਜੀ ਕੋਈ ਨਾਈਫ ਸ਼ੋ ਕਰਦਾ ਕੋਈ ਆਪਣੀ ਗਨ ਸ਼ੋ ਕਰਦਾ ਜੀ ਬੜਾ ਵੱਡੀ ਪ੍ਰੋਬਲਮ ਆ ਤੇ ਉਹ ਅੱਗੇ ਆ ਕੇ ਤੁਹਾਡੇ ਬ੍ਰੇਕ ਮਾਰਦੇ ਨੇ ਤੁਸੀਂ ਬ੍ਰੇਕ ਲਾ ਲਓ ਤੇ ਲਾ ਲਓ ਨਹੀਂ ਤਾਂ ਉਹ ਜਿੱਦਾਂ ਬੋਗਸ ਨਹੀਂ ਕਲੇਮ ਲੈਣ ਦੀ ਕੋਸ਼ਿਸ਼ ਕਰਦੇ ਅੱਗੇ ਆ ਕੇ ਬ੍ਰੇਕ ਮਾਰ ਕੇ ਪਿੱਛੋਂ ਸਾਨੂੰ ਇਦਾਂ ਦੇ ਬਹੁਤ ਇੰਸੀਡੈਂਟ ਹੁੰਦੇ ਜੀ ਇਹਦਾ ਕੀ ਇਲਾਜ ਹੋ ਸਕਦਾ ਜੀ ਪਹਿਲੀ ਗੱਲ ਇੱਥੇ ਥੈਂਕ ਯੂ ਤੁਹਾਡਾ ਤੁਸੀਂ ਜਿਹੜੀ ਇੱਕ ਗੱਲ ਕੀਤੀ ਮੈਨੂੰ ਬੜੀ ਚੰਗੀ ਲੱਗੀ ਕਿ ਤੁਸੀਂ 2001 ਦਾ ਲਾਇਸੈਂਸ ਲਿਆ ਤੇ ਅਜੇ ਤੱਕ ਤੁਸੀਂ ਸਿੱਖਦੇ ਆ ਰਹੇ ਹੋ ਐਵਰੀ ਡੇ ਕੁਛ ਨਾ ਕੁਛ ਸਿੱਖਦੇ ਆ ਥੈਂਕ ਯੂ ਜੀ ਉਹ ਗੱਲ ਮੰਨਣ ਦਾ ਔਰ ਕਹਿਣ ਦਾ ਕਿਉਂਕਿ ਬਹੁਤ ਵਾਰੀ ਬੰਦਾ ਕਹਿੰਦਾ ਵੀ ਮੈਨੂੰ 20 ਸਾਲ ਹੋ ਗਏ ਆ ਮੈਨੂੰ ਬਹੁਤ ਪਤਾ ਆ ਸੋ ਬੜੀ ਚੰਗੀ ਗੱਲ ਆ ਤੁਸੀਂ ਅਜੇ ਤੱਕ ਸਿੱਖਦੇ ਆ ਰਹੇ ਹੋ ਦੂਸਰੀ ਗੱਲ ਜੀ ਜਿਹੜਾ ਇਹ ਵਰਤੀਰਾ ਹੈਗਾ ਇਹ ਅਸੀਂ ਰਿਕਮੈਂਡ ਕਰ ਰਹੇ ਹਾਂ ਅੱਜ ਕੱਲ੍ਹ ਕਿ ਤੁਸੀਂ ਆਪਣਾ ਜਿਹੜਾ ਡੈਸ਼ ਕੈਮ ਹੈਗਾ ਉਹਨੂੰ ਵਰਤਣਾ ਸ਼ੁਰੂ ਕਰੋ ਡੈਸ਼ ਕੈਮ ਲਵਾਓ ਆਪਣੇ ਕਿਉਂਕਿ ਜੇ ਕੋਈ ਇੱਦਾਂ ਦੀ ਗੱਲ ਹੁੰਦੀ ਆ ਕਿਉਂਕਿ ਤੁਹਾਡਾ ਵਰਡ ਉਹਨਾਂ ਦਾ ਵਰਡ ਕਿ ਉਹਨੇ ਬ੍ਰੇਕ ਮਾਰੀ ਸੀ ਉਹ ਕਹਿੰਦਾ ਨਹੀਂ ਇਹਨੇ ਮੈਂ ਤਾਂ ਬ੍ਰੇਕ ਨਹੀਂ ਮਾਰੀ ਇਹਨੇ ਮੇਰੇ ਪਿੱਛੇ ਟਾਇਆ ਸੋ ਜੇ ਤੁਹਾਡਾ ਡੈਸ਼ ਕੈਮ ਲੱਗਾ ਹੈਗਾ ਡੈਸ਼ ਕੈਮ ਦੇ ਵਿੱਚ ਤੁਹਾਨੂੰ ਬਹੁਤ ਇੰਸ਼ੋਰੈਂਸ ਕੰਪਨੀਆਂ ਵੀ ਇਸ ਵੇਲੇ ਐਸੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਡੈਸ਼ ਕੈਮ ਤੁਹਾਡਾ ਲੱਗਾ ਹੈਗਾ ਔਰ ਉਹਨਾਂ ਚੀਜ਼ਾਂ ਦੀ ਤੁਹਾਨੂੰ ਡਿਸਕਾਊਂਟ ਵੀ ਮਿਲਦਾ ਹੈਗਾ ਸੋ ਮੇਕ ਸ਼ੋਰ ਇਹਨਾਂ ਦੀ ਡੈਸ਼ ਕੈਮ ਜਿਹੜੇ ਆ ਉਹ ਜ਼ਰੂਰ ਆਪਣੇ ਇੰਸਟਾਲ ਕਰੋ ਸਾਰੇ ਜਣੇ ਔਰ ਜੇ ਇੱਦਾਂ ਦੀ ਕੋਈ ਰਿਪੋਰਟਿੰਗ ਹੁੰਦੀ ਆ ਕੋਈ ਤੁਹਾਨੂੰ ਗਨ ਸ਼ੋ ਕਰਦਾ ਕੁਛ ਕਰਦਾ ਉਹਨਾਂ ਦੀ ਲਾਇਸੈਂਸ ਪਲੇਟ ਨੰਬਰ ਉਹਦੇ 'ਚ ਆ ਜਾਂਦਾ ਆ ਉਹਨਾਂ ਦੀ ਗਲਤੀ ਉਹਦੇ ਵਿੱਚ ਆ ਜਾਂਦੀ ਆ ਸੋ ਤੁਹਾਡਾ ਬਹੁਤ ਸਟਰੋਂਗ ਪਰੂਫ ਹੈਗਾ ਉਹਨਾਂ ਦੇ ਖਿਲਾਫ ਸੋ ਟਰਾਈ ਕਰੋ ਵੀ ਸਾਰੇ ਜਣੇ ਔਰ ਇਹ ਸਿਰਫ ਤੁਹਾਡੇ ਲਈ ਨਹੀਂ ਹਰ ਇੱਕ ਟਰੱਕਰ ਲਈ ਇਹ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਰੂਰੀ ਹੋ ਗਿਆ ਡੈਸ਼ ਕੈਮ ਜਿਹੜਾ ਵਰਤਣਾ ਕਿਉਂਕਿ ਇਹ ਹਾਦਸੇ ਜਿਹੜੇ ਆ ਐਵਰੀ ਡੇ ਹੋ ਰਹੇ ਆ ਜੀ ਥੈਂਕ ਯੂ ਵੀਰ ਜੀ ਕਾਲ ਦੇ ਲਈ ਜੀ ਮਿਹਰਬਾਨੀ ਆਪਣੇ ਅਗਲੇ ਕਾਲਰ ਜੁੜੇ ਨੇ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਰਮਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਨਾ ਤੁਹਾਡੇ ਕੋਲੋਂ ਐਸ ਬੀ ਲੋਨ ਬਾਰੇ ਇੱਕ ਤੇ ਪੁੱਛਣਾ ਚਾਹੁੰਦਾ ਸੀ ਵੀ ਉਹ ਕੋਈ ਏਦਾਂ ਦੀ ਗੱਲ ਹੋਈ ਆ ਕਿ ਉਹ ਕੋਈ ਫਾਰਮ ਭਰ ਕੇ ਦੇਣਾ ਸੀ ਤੇ ਉਹ ਮਤਲਬ ਲੋਨ ਜਿਹੜਾ ਮਤਲਬ ਮਾਫ ਹੋਣਾ ਸੀ ਹੋ ਸਕਦਾ ਸੀ ਹਾਂਜੀ ਹਾਂਜੀ ਬਿਲਕੁਲ ਹੋ ਸਕਦਾ ਹੈ ਸੀਗੀ ਜੀ ਫੋਰਗਿਵਨੈਸ ਐਪਲੀਕੇਸ਼ਨ ਸੀਗੀ ਜੀ ਇਹਦੀ ਫੋਰਗਿਵਨੈਸ ਲੋਨ ਦੀ ਅਜੇ ਵੀ ਦੇ ਸਕਦੇ ਆ ਫੋਰਗਿਵਨੈਸ ਲੋਨ ਦੀ ਪੀਪੀਪੀ ਜਿਹੜਾ ਨਾ ਇੱਕ ਮਿੰਟ ਸੁਣ ਲਓ ਜਿਹੜਾ ਐਸ ਬੀ ਏ ਦਾ ਲੋਨ ਹੈਗਾ ਇੱਕ ਲੋਨ ਹੈਗਾ ਐਸ ਬੀ ਏ ਦਾ ਜਿਹੜਾ ਡਿਜ਼ਾਸਟਰ ਲੋਨ ਹੈਗਾ ਉਹ ਮਾਫ਼ ਨਹੀਂ ਹੈਗਾ ਉਹ ਲੋਨ ਹੈਗਾ ਇੱਕ ਜਿਹੜਾ ਪੀਪੀਪੀ ਲੋਨ ਜਿਹੜਾ ਹੈਗਾ ਪੇਰੋਲ ਪ੍ਰੋਟੈਕਸ਼ਨ ਪਲਾਨ ਜਿਹੜਾ ਹੈਗਾ ਜਿਹੜਾ ਲੋਨ ਹੈਗਾ ਉਹ ਤੁਹਾਨੂੰ ਫੋਰਗਿਵੇਬਲ ਹੈਗਾ ਉਹਦੇ ਜਿਹੜੇ ਅਜੇ ਫਾਰਮਸ ਹੈਗੇ ਆ ਉਹਦੇ ਸ਼ੁਰੂ ਹੋ ਚੁੱਕੇ ਆ ਪਰ ਅਜੇ ਤੱਕ ਉਹਨਾਂ ਨੂੰ ਕਾਫੀ ਜਿਹੜੇ ਬੰਦੇ ਹੈਗੇ ਵੇਟ ਕਰ ਰਹੇ ਆ ਕਿਉਂਕਿ ਹੁਣ ਦੁਬਾਰਾ ਪੀਪੀਪੀ ਫਿਰ ਪਿਛਲੇ ਵੀਕ ਦਾ ਫਿਰ ਸ਼ੁਰੂ ਹੋ ਗਿਆ ਆ ਸੋ ਹੁਣ ਦੁਬਾਰਾ ਵੀ ਜਿਹੜੇ ਪੀਪੀਪੀ ਆ ਉਹ ਅਪਲਾਈ ਹੋ ਰਹੇ ਆ ਜਦੋਂ ਸੈਕਿੰਡ ਜਿਹੜਾ ਵੇਵ ਹੈਗੀ ਆ ਇਹ ਅਪਲਾਈ ਹੋ ਜੂਗੀ ਉਹਦੇ ਤੋਂ ਬਾਅਦ ਵੀ ਤੁਸੀਂ ਜਿਹੜਾ ਆ ਉਹ ਆਪਣਾ ਜਿਹੜਾ ਫੋਰਗਿਵਨੈਸ ਆ ਉਹ ਅਪਲਾਈ ਕਰ ਸਕਦੇ ਆ ਸੋ ਉਹ ਅੱਜ ਵੀ ਅਵੇਲੇਬਲ ਆ
ਤੇ ਲੇਟਰ ਔਨ ਵੀ ਅਜੇ ਅਵੇਲੇਬਲ ਰਹੂਗਾ। ਉਹ ਜਿੱਥੋਂ ਤੱਕ ਮੈਂ ਪੜ੍ਹਿਆ ਹੈਗਾ ਦਸੰਬਰ 31, 2021 ਤੱਕ ਉਹ ਤੁਸੀਂ ਕਰ ਸਕਦੇ ਆ, ਪਰ ਜੇ ਤੁਸੀਂ ਉਹ ਪਿਛਲੇ ਸਾਲ ਆਪਣਾ। ਹਾਂਜੀ ਹਾਂਜੀ, ਸੋ ਮੈਂ ਇਸ ਦੇ ਵਿੱਚ ਤੁਹਾਨੂੰ ਹੋਰ ਕਲੀਅਰਲੀ ਦੱਸਦੇ ਜਾਈਏ ਦਵਿੰਦਰ ਜੀ, ਜਿਹੜਾ ਇਹ ਜਿੰਨੇ ਵੀ PPP ਲੋਨ ਸੀਗੇ ਸਾਰੇ SBA ਦੇ ਦੁਆਰਾ ਦਿੱਤੇ ਗਏ ਸੀਗੇ, ਜਿਹੜੀ ਸਮਾਲ ਬਿਜ਼ਨਸ ਐਸੋਸੀਏਸ਼ਨ ਆ। ਸੋ ਕੋਈ ਇਹਨੂੰ SBA ਲੋਨ ਕਹੀ ਜਾਂਦਾ ਹੈ, ਕੋਈ ਉਹਨੂੰ PPP ਕਹੀ ਜਾਂਦਾ, ਪਰ ਮੇਕ ਸ਼ੋਰ ਕਰਿਓ ਵੀ ਜਿਹੜਾ ਤੁਸੀਂ ਲੋਨ ਜਦੋਂ ਅਪਲਾਈ ਕੀਤਾ ਵੀ ਉਹ ਪੇਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲਾ ਜੇ ਲੋਨ ਸੀਗਾ ਜਿਹੜਾ SBA ਦੇ ਅਧੀਨ ਆਉਂਦਾ ਆ, ਉਹਦੇ ਲਈ ਜਿਹੜੀ ਫੋਰਗਿਵਨੈਸ ਐਪਲੀਕੇਸ਼ਨ ਤੁਸੀਂ ਉਹਨਾਂ ਦੀ ਵੈਬਸਾਈਟ ਤੋਂ ਜਿਹੜੀ ਉਹ ਡਾਊਨਲੋਡ ਕਰ ਸਕਦੇ ਆ। ਨਵਾਂ ਵਰਸ਼ਨ ਜਿਹੜਾ ਆ ਉਹ 19 ਤਰੀਕ ਨੂੰ, ਪਰਸੋਂ ਹੀ ਜਿਹੜਾ ਆ ਉਹ ਇੱਕ ਆਇਆ ਹੈਗਾ ਆ, ਉਹਦੇ ਫੋਰਮ ਦੇ ਵਿੱਚ ਜਿਹੜਾ ਮੈਂ ਦੇਖ ਰਿਹਾ ਹਾਂ ਉਹਦੇ ਵਿੱਚ ਉਹਦੇ ਵਿੱਚ ਆਪਸ਼ਨ ਆ ਵੀ ਤੁਸੀਂ ਪਹਿਲਾਂ PPP ਲੋਨ ਲਿਆ ਕਿ ਦੂਜਾ ਲਿਆ। ਸੋ ਉਹਦੇ ਲਈ ਇੱਕ ਇੱਕ ਦੇ ਲਈ ਤੁਸੀਂ ਦੋਨਾਂ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ ਫਰਗਿਵਨੈਸ ਦੇ ਲਈ, ਪਰ ਉਹਦੇ ਵਿੱਚ ਉਹ ਤੁਹਾਨੂੰ ਸਾਰਾ ਕੁਝ ਦੱਸਣਾ ਪੈਣਾ ਵੀ ਜਿਹੜੇ ਤੁਸੀਂ ਲੋਨ ਲਿਆ ਆ ਉਹਦੇ 'ਚੋਂ ਕਿੰਨੇ ਡਾਲਰ ਤੁਸੀਂ ਪੇਰੋਲ ਦੇ ਲਈ ਜਿਹੜੇ ਵਰਤੇ ਆ, ਕਿੰਨੀ ਮੌਰਗੇਜ ਦੇ ਲਈ ਆ, ਰੈਂਟ ਦੇ ਲਈ ਆ, ਯੂਟੀਲਿਟੀ ਦੇ ਲਈ ਆ, ਪ੍ਰੋਪਰਟੀ ਡੈਮੇਜ, ਸਪਲਾਇਰ ਕੋਸਟ, ਹੋਰ ਕਈ ਕੁਛ ਜਿਹੜੀਆਂ ਉਸ ਦੇ ਵਿੱਚ ਉਹਨਾਂ ਨੇ ਹੈਗੀਆਂ। ਸੋ ਆਈ ਥਿੰਕ ਰਮਨ ਜੀ ਬੈਟਰ ਹੋਊਗਾ ਵੀ ਜਿਨ੍ਹਾਂ ਤੋਂ ਇਹ ਟੈਕਸ ਵਗੈਰਾ ਭਰਾਉਂਦੇ ਆ ਜਾਂ ਬੁੱਕ ਕੀਪਿੰਗ ਕਰਾਉਂਦੇ ਆ ਉਹਨਾਂ ਦੀ ਸਹਾਇਤਾ ਦੇ ਨਾਲ ਮਿਲ ਜੁਲ ਕੇ ਜਿਹੜਾ ਇਹ ਜਿਹੜਾ ਐਪਲੀਕੇਸ਼ਨ ਵਾਲਾ ਕੀਤਾ ਜਾਵੇ ਜਾਂ CPA ਕਿਸੇ ਦੀ ਜਿਹੜੀ ਰਾਜਕਰਨ ਉਹਨਾਂ ਦੀ ਸਹਾਇਤਾ ਨਾਲ ਵੀ ਕੀਤਾ ਜਾ ਸਕਦਾ ਆ। ਪਰ ਇਹਦੇ ਵਿੱਚ ਦੇਖੋ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਜਿੰਨੇ ਲੋਨ ਇਹ ਹੋਏ ਆ ਸਾਰੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਕੀਤੇ ਹੈਗੇ ਆ। ਇੱਕ ਉਹ ਹੈਗਾ PPP ਪੇਰੋਲ ਪ੍ਰੋਟੈਕਸ਼ਨ ਵਾਲਾ ਲੋਨ ਹੈਗਾ, ਇੱਕ ਉਹ ਡਿਜ਼ਾਸਟਰ ਰਿਫੰਡ ਹੈਗਾ, ਡਿਜ਼ਾਸਟਰ ਰਿਲੀਫ ਹੈਗਾ, ਦੋ ਲੋਨ ਹੈਗੇ। ਜਿਹੜਾ ਡਿਜ਼ਾਸਟਰ ਰਿਲੀਫ ਹੈਗਾ ਉਹ 3.75 ਇੰਟਰਸਟ ਦੇ ਉੱਤੇ 30 ਸਾਲ ਦੀਆਂ ਪੇਮੈਂਟਾਂ ਵਾਲਾ ਲੋਨ ਆ। ਸੋ ਉਹ ਲੋਨ ਦਾ ਅਜੇ ਮਾਫ ਕਰਨ ਦਾ ਕੋਈ ਗੱਲ ਨਹੀਂ ਹੈਗੀ। ਜਿਹੜਾ ਲੋਨ PPP ਲੋਨ ਹੈਗਾ ਆ ਜਿਹੜਾ ਪੇਰੋਲ ਪ੍ਰੋਟੈਕਸ਼ਨ ਲਈ ਲਿਆ ਗਿਆ ਸੀ ਉਹਦੇ ਉੱਤੇ ਤੁਹਾਨੂੰ ਫਰਗਿਵਨੈਸ ਹੋ ਸਕਦੀ ਆ। ਉਹਦੀ ਐਪਲੀਕੇਸ਼ਨ ਜਿਹੜੇ ਬੈਂਕ ਤੋਂ ਤੁਸੀਂ ਲੋਨ ਲਿਆ ਹੈ ਜੇ ਤੁਸੀਂ ਉਸੇ ਬੈਂਕ ਦੇ ਥਰੂ ਆਪਣੀ ਫਰਗਿਵਨੈਸ ਐਪਲੀਕੇਸ਼ਨ ਕਰੋਗੇ ਦੈਟ ਵੀ ਉਹ ਬਹੁਤ ਈਜ਼ੀ ਰਹੂਗਾ, ਸੌਖਾ ਰਹੂਗਾ, ਕਿਉਂਕਿ ਉਹ ਬੈਂਕ ਨੇ ਆਲਰੇਡੀ ਤੁਹਾਡਾ ਲੋਨ ਕੀਤਾ ਆ। ਸੋ ਮੇਕ ਸ਼ੋਰ SBA ਦੀ ਸਾਈਟ 'ਤੇ ਡਾਇਰੈਕਟਲੀ ਜਾ ਕੇ ਐਪਲੀਕੇਸ਼ਨ ਨਹੀਂ ਭਰਨੀ, ਤੁਸੀਂ ਜਿਹੜੇ ਬੈਂਕ ਤੋਂ ਲੋਨ ਕੀਤਾ ਉਹਨਾਂ ਦੀ ਤੁਹਾਨੂੰ ਈਮੇਲ ਆਈ ਹੋਊਗੀ ਫਰਗਿਵਨੈਸ ਦੀ ਜਾਂ ਦੂਜੇ ਲੋਨ ਦੀ, ਜਿਹੜਾ ਦੂਜਾ ਸ਼ੁਰੂ ਹੋਇਆ ਹੁਣ ਉਹਦੀ ਵੀ ਐਪਲੀਕੇਸ਼ਨ ਆ ਗਈ ਹੈ ਪਿਛਲੇ ਵੀਕ। ਸੋ ਮੇਕ ਸ਼ੋਰ ਕਰਿਓ ਵੀ ਜਿਹੜੀ ਫਰਗਿਵਨੈਸ ਵਾਲੀ ਐਪਲੀਕੇਸ਼ਨ ਆ ਉਹ ਸੇਮ ਬੈਂਕ ਦੇ ਥਰੂ ਭਰਿਓ ਜਿਸ ਬੈਂਕ ਤੋਂ ਤੁਸੀਂ ਲੋਨ ਲਿਆ ਹੈ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ ਜੀ ਬਿਲਕੁਲ। ਸੋ ਇਹ ਕੰਪਲੀਕੇਟਿਡ ਕਈ ਵਾਰੀ ਕੰਮ ਇਸ ਲਈ ਹੋ ਜਾਂਦਾ ਕਿਉਂਕਿ ਕਾਗਜ਼ ਪੱਤਰ ਜ਼ਿਆਦਾ ਆ, ਅਤੇ ਚਲੋ ਹੁਣ ਆਈ ਡੋਂਟ ਨੋ ਕਹਿਣਾ ਚਾਹੀਦਾ ਕਿ ਨਹੀਂ, ਪਰ ਆਪਣੇ ਬੰਦੇ ਕਈ ਵਾਰੀ ਕਾਗਜ਼ ਪੱਤਰ ਦੇ ਵਿੱਚ ਹੁਣ ਪਿੱਛੇ ਰਹਿ ਜਾਂਦੇ ਆ, ਆਪਾਂ ਥੋੜ੍ਹਾ ਜਿਹਾ ਢਿੱਲ ਜਿਹੜੀ ਉਹ 'ਚ ਜਿਹੜੀ ਉਹ ਕਰ ਜਾਂਦੇ ਹਾਂ, ਬਾਅਦ ਦੇ ਵਿੱਚ ਉਹਦਾ ਪਛਤਾਵਾ ਕਰਦੇ ਰਹਿੰਦੇ ਹਾਂ ਵੀ ਇੱਦਾਂ ਨਹੀਂ ਸੀ ਆਪਾਂ ਨੂੰ ਜਿਹੜਾ ਉਹ ਕਰਨਾ ਚਾਹੀਦਾ। ਸੋ ਧਿਆਨ ਰੱਖੋ ਕਿਹੜਾ ਚੀਜ਼ ਲਈ ਆ, ਉਹਦੇ ਲਈ ਕਿਹੜਾ ਰਿਕੁਆਇਰਡ ਡਾਕੂਮੈਂਟਸ ਆ, ਅਤੇ ਫਰਗਿਵਨੈਸ ਦੇ ਲਈ ਜਿਹੜੀ ਉਹ ਕਿਹੜੀ ਐਪਲੀਕੇਸ਼ਨ ਆ, ਕਿਹੜੇ ਚੈਨਲ ਥਰੂ ਇੱਕ ਹਿਸਾਬ ਦੇ ਨਾਲ ਉਹ ਤੁਸੀਂ ਜਾਣੀ ਆ, ਅਤੇ ਉਹ ਉਸ ਚੀਜ਼ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਕਿਉਂਕਿ ਨੋ ਡਾਊਟ ਜਿਹੜੇ ਪ੍ਰਸ਼ਾਸਨ ਨੇ ਡਾਲਰਾਂ ਦੇ ਉੱਤੇ ਮੀਂਹ ਜਿਹੜਾ ਵਰਾਇਆ ਆ ਇਸ ਜਿਹੜੇ ਲੋਨਸ ਦੇ ਜ਼ਰੀਏ, ਅਤੇ ਕਈਆਂ ਨੇ ਗਲਤ ਫਾਇਦਾ ਵੀ ਚੱਕਿਆ ਆ, ਪਰ ਜਿਹਨਾਂ ਨੂੰ ਜਿਹੜੇ ਸਹੀ ਜਿਨ੍ਹਾਂ ਨੇ ਵਰਤਿਆ ਹੈਗਾ ਆ ਅਤੇ ਉਸ ਨੂੰ ਉਸ ਹਿਸਾਬ ਦੇ ਨਾਲ ਜਿਹੜਾ ਆ ਉਹ ਮਾਫ਼ ਵੀ ਜਿਹੜਾ ਉਹ ਕਰਾ ਲਿਓ। ਜਿੱਦਾਂ ਰਮਨ ਜੀ ਨੇ ਦੱਸਿਆ ਜਿਹੜਾ EIDL ਵਾਲਾ ਜਿਹੜਾ ਲੋਨ ਸੀਗਾ, ਜੇ ਤੁਸੀਂ ਐਡਵਾਂਸ ਲਿਆ ਆ ਤਾਂ ਉਹ ਇੱਕ ਹਿਸਾਬ ਦੇ ਨਾਲ ਉਹ ਤੁਹਾਡਾ ਫਿਕਸਡ ਲੋਨ ਹੀ ਹੈਗਾ ਆ, ਉਹਦੇ ਮਾਫ਼ ਹੋਣ ਦੀ ਕੋਈ ਵੀ ਜਿਹੜੀ ਉਹ ਗੱਲ ਨਹੀਂ ਹੈਗੀ। ਜੇ ਤੁਹਾਨੂੰ ਉਹਦੀ ਗ੍ਰਾਂਟ ਮਿਲੀ ਸੀ ਉਹ ਇੱਕ ਵੱਖਰੀ ਗੱਲ ਆ, ਉਹ ਤੁਹਾਨੂੰ ਵਾਪਸ ਨਹੀਂ ਜਿਹੜੀ ਉਹ ਕਰਨੀ ਹੈਗੀ, ਉਹ ਡਿਫਰੈਂਟ ਥਿੰਗ ਆ। ਅਤੇ ਇੱਕ ਜਿਹੜਾ PPP ਆ ਉਹ ਫਰਗਿਵ ਜਿਹੜਾ ਹੋ ਸਕਦਾ ਆ, ਵੀ ਉਹਦੇ ਵਿੱਚ ਤੁਹਾਨੂੰ ਇਹ ਦਿਖਾਉਣਾ ਪੈਣਾ ਵੀ ਕਿੰਨੇ ਪਰਸੈਂਟ ਉਸ ਲੋਨ ਦੇ ਤੁਸੀਂ ਪੇਰੋਲ 'ਤੇ ਵਰਤੇ ਆ ਅਤੇ ਕਿੰਨੇ ਜਿਹੜੇ ਨੋਨ ਪੇਰੋਲ ਜਿਹੜੇ ਕੋਸਟ ਆ ਤੁਸੀਂ ਉਸ ਦੇ ਵਿੱਚ ਕੀਤੀਆਂ। ਸੋ ਉਸ ਹਿਸਾਬ ਦੇ ਨਾਲ ਜਿਹੜੇ ਜਿਨ੍ਹਾਂ ਦੇ ਥਰੂ ਵੀ ਤੁਸੀਂ ਆਪਣਾ ਟੈਕਸ ਭਰਦੇ ਆ CPA ਨੂੰ ਤੁਸੀਂ ਕਿਸੇ ਨੂੰ ਜਾਣਦੇ ਆ, ਅਤੇ ਜਿਹੜੇ ਬੈਂਕ ਦੇ ਨਾਲ ਤੁਸੀਂ ਇਹ ਲੋਨ ਲਿਆ ਆ ਉਹਨਾਂ ਦੇ ਨਾਲ ਮਿਲ ਜੁਲ ਕੇ ਇਸ ਨੂੰ ਜਿਹੜਾ ਉਹ ਤੁਸੀਂ ਭਰੋ ਤਾਂ ਜੋ ਜਿਹੜਾ ਇਸ ਦੇ ਵਿੱਚ ਬਚਾਅ ਹੋ ਸਕੇ। ਅਤੇ ਰਮਨ ਜੀ ਆਪਾਂ ਸਰੋਤਿਆਂ ਨੂੰ ਵੀ ਆਖਦੇ ਹਾਂ ਤੁਸੀਂ ਵੀ ਜਿਹੜਾ ਜ਼ਰੂਰ ਡੈਫੀਨੇਟਲੀ ਕਾਲ ਕਰ ਸਕਦੇ ਹੋ, ਨੰਬਰ 408-272-5200 ਦੇ ਉੱਤੇ। ਅਤੇ ਰਮਨ ਜੀ ਅਗਲੀ ਜਿਹੜੀ ਇੱਕ ਗੱਲ ਕਰਨਾ ਚਾਹੁੰਦੇ ਹਾਂ, ਅਕਸਰ ਹੀ ਇਸ ਦੇ ਬਾਰੇ ਜਿੱਦਾਂ ਆਪਾਂ ਦੇਖਿਆ ਜਾਂਦਾ ਵੀ ਅੰਡਰ ਦਾ ਕਾਰਪੈਟ, ਅੰਡਰ ਦਾ ਰੱਗ ਜਿਹੜਾ ਮਿੱਟੀ ਆ ਉਹ ਕਰ ਦਿੱਤੀ ਜਾਂਦੀ ਆ, ਜਿਹੜਾ ਵਿਕਟਮ ਵੀ ਹੁੰਦਾ ਆ, ਪੀੜਤ ਵੀ ਹੁੰਦਾ ਆ, ਉਹ ਵੀ ਆਈਦਰ ਜਾਂ ਕਈ ਵਾਰੀ ਸ਼ਰਮ ਦਾ ਮਾਰਾ ਜਾਂ ਇਸ ਡਰ ਦੇ ਮਾਰੇ ਵੀ ਮੇਰੀ ਪਤਾ ਨਹੀਂ ਜੌਬ ਚਲੇ ਜਾਊਗੀ, ਅਤੇ ਉਹ ਅੱਗੇ ਨਹੀਂ ਆਉਂਦਾ। ਬਹੁਤ ਤਰ੍ਹਾਂ ਦਾ ਜਿਹੜਾ ਅਬਿਊਸ ਆ, ਕਈ ਵਾਰੀ ਜਿਹੜੇ ਵਿਕਟਮ ਆ ਉਹਨਾਂ ਨੂੰ ਜਿਹੜਾ ਉਹ ਜਿਹੜਾ ਝੱਲਣਾ ਪੈ ਰਿਹਾ ਆ,
ਹੋ ਰਿਹਾ ਹੈ। ਬਹੁਤ ਸਾਰੀਆਂ ਵਰਕ ਪਲੇਸਿਸ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਸਾਹਮਣੇ ਆਈਆਂ ਆ, ਅਤੇ ਜਿੱਦਾਂ ਬਾਕੀ ਵਰਕ ਪਲੇਸਿਸ ਦੇ ਵਿੱਚ ਇੱਦਾਂ ਦੇ ਕੋਈ ਅਬਿਊਜ਼ ਆ, ਚਾਹੇ ਕੋਈ ਸੈਕਸ਼ੂਅਲ ਵਾਲਾ ਆ, ਅਤੇ ਚਾਹੇ ਕੋਈ ਫਿਜ਼ੀਕਲ ਆ, ਚਾਹੇ ਕੋਈ ਇੰਟੀਮੀਡੇਸ਼ਨ ਆ, ਡਰਾਵੇ ਆ, ਇੱਦਾਂ ਦੀਆਂ ਚੀਜ਼ਾਂ ਆ ਉਹ ਹੁੰਦੀਆਂ ਆਈਆਂ ਆ। ਬਹੁਤ ਸਾਰੀਆਂ ਖਬਰਾਂ ਇਸ ਦੇ ਬਾਰੇ ਆਪਾਂ ਕਰਦੇ ਰਹੇ ਹਾਂ ਅਤੇ ਹੋ ਵੀ ਰਹੀਆਂ ਆ। ਟਰੈਕਿੰਗ ਵੀ ਕਹਿੰਦੇ ਇਸ ਤੋਂ ਬਚੀ ਨਹੀਂ ਆ। ਸੋ ਟਰੈਕਿੰਗ ਦੇ ਵਿੱਚ ਵੀ ਇੱਦਾਂ ਦੇ ਜਿਹੜੇ ਹੁਣ ਲੋਕ ਹੌਲੀ ਹੌਲੀ ਕੁਛ ਕੁ ਲੋਕ ਜਿਹੜੇ ਆ ਉਹ ਹੌਸਲਾ ਕਰਕੇ ਇਸ ਚੀਜ਼ ਦੇ ਬਾਰੇ ਜਿਹੜਾ ਉਹ ਦੱਸ ਰਹੇ ਆ, ਅਜੇ ਤਾਂ ਉਹ ਪ੍ਰਾਈਵੇਟਲੀ ਜਿਹੜੇ ਉਹ ਦੱਸ ਰਹੇ ਆ ਵੀ ਸਾਨੂੰ ਇੱਦਾਂ ਆਖਿਆ ਗਿਆ, ਸਾਨੂੰ ਇੱਦਾਂ ਕਿਹਾ ਗਿਆ, ਆਹ ਦੇਖੋ ਟੈਕਸਟ ਮੈਸੇਜ। ਅਤੇ ਕਈ ਜਿਹੜੇ ਉੱਥੇ ਇੰਪਲੋਈਜ਼ ਕੰਮ ਕਰ ਰਹੇ ਆ ਉਹ ਦੂਜੇ ਇੰਪਲੋਈਜ਼ ਦੇ ਉੱਤੇ ਇਸ ਤਰੀਕੇ ਦੇ ਉੱਤੇ ਕਥਿਤ ਦੋਸ਼ ਲਾਉਂਦੇ ਆ ਵੀ ਮੇਰੇ ਨਾਲ ਛੇੜਖਾਨੀ ਕੀਤੀ ਜਾਂਦੀ ਆ, ਛੇੜਖਾਨੀ ਹੋ ਰਹੀ ਆ, ਜਾਂ ਇੱਦਾਂ ਸੈਕਸ਼ੂਅਲ ਤੌਰ ਦੇ ਉੱਤੇ ਉਹਨਾਂ ਨੂੰ ਅਬਿਊਜ਼ ਕਰਨ ਦੀ ਜਿਹੜੀ ਆ ਉਹ ਗੱਲ ਆ। ਸੋ ਇਹ ਇੱਕ ਮੇਰੇ ਹਿਸਾਬ ਦੇ ਨਾਲ ਬਹੁਤ ਗੰਭੀਰ ਮਸਲਾ ਆ। ਇਨ ਦੀ ਐਂਡ ਫਿਰ ਜੇ ਟਰੱਕਿੰਗ ਇੰਡਸਟਰੀ ਦੇ ਵਿੱਚੋਂ ਇੱਦਾਂ ਦੀ ਗੱਲ ਉੱਭਰ ਕੇ ਸਾਹਮਣੇ ਆਈ ਜਾਂ ਜ਼ਿਆਦਾ ਇਹ ਆਵਾਜ਼ ਉੱਚੀ ਹੋਈ ਤਾਂ ਫਿਰ ਲੋਕਾਂ ਨੇ ਤਾਂ ਇੱਕ ਮਿੰਟ ਨਹੀਂ ਲਾਉਣਾ ਪੂਰੀ ਇੰਡਸਟਰੀ ਨੂੰ ਅਤੇ ਕੰਮ ਕਰਨ ਵਾਲਿਆਂ ਨੂੰ ਬਦਨਾਮ ਕਰਨ ਲਈ। ਜੀ ਬਿਲਕੁਲ ਰਾਜਕਿਰਨ, ਇਹ ਮੈਨੂੰ ਕਾਫੀ ਜਿਹੜੀਆਂ ਨਾ ਕੰਪਲੇਂਟਸ ਆ ਰਹੀਆਂ ਹੈਗੀਆਂ ਔਰ ਕਾਫੀ ਚੀਜ਼ਾਂ ਮੈਂ ਦੇਖੀਆਂ ਵੀ ਹੈਗੀਆਂ, ਜਿਹੜੇ ਤੁਸੀਂ ਟੈਕਸਟ ਮੈਸੇਜ ਦੀ ਗੱਲ ਕਰਦੇ ਮੈਂ ਦੇਖੇ ਵੀ ਹੈਗੇ ਆ, ਦਿਖਾਏ ਵੀ ਗਏ ਆ ਮੈਨੂੰ, ਔਰ ਪ੍ਰੋਪਰ ਜਿਹੜਾ ਮਤਲਬ ਕਿ ਜਿਹਨੂੰ ਕਹਿੰਦੇ ਕਿ ਪ੍ਰੋਪਰ ਧਮਕੀਆਂ ਜਿਹੜੀਆਂ ਆ ਉਹ ਦਿੱਤੀਆਂ ਜਾਂਦੀਆਂ ਦਿਖਾ ਹੋ ਰਹੀਆਂ ਹਨਾ। ਔਰ ਇਹ ਚੀਜ਼ ਅਗੇਨ ਜਿਹੜੀ ਖਾਸ ਕਰਕੇ ਜਿਹੜੀ ਕੈਲੀਫੋਰਨੀਆ ਦੀ ਇਸ ਚੀਜ਼ ਦੇ ਉੱਤੇ ਨਜ਼ਰ ਹੈ ਨਾ, ਕੈਲੀਫੋਰਨੀਆ ਬਹੁਤ ਜ਼ਿਆਦਾ ਸਟ੍ਰਿਕਟ ਹੈਗਾ ਇਸ ਚੀਜ਼ ਵਿੱਚ, ਔਰ ਇਹ ਇੱਕ ਐਸਾ ਮਸਲਾ ਹੈਗਾ ਜਿਹੜਾ ਕਿ ਸਾਡੀ ਜਿਹੜੀ ਪੰਜਾਬੀ ਟਰੱਕਿੰਗ ਇੰਡਸਟਰੀ ਹੈ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਰਿਹਾ ਕਿ ਹੈ ਨਹੀਂ ਸੀ ਹੋਣ ਆਇਆ, ਇਹਦੇ 'ਚ ਸੀਗਾ ਲੋਕੇਸ਼ਿਪ 'ਤੇ ਬਹੁਤ ਕੁਛ ਚੱਲ ਰਿਹਾ ਸੀਗਾ, ਬਹੁਤ ਕੁਛ ਹੋ ਰਿਹਾ ਸੀਗਾ, ਚਾਹੇ ਉਹ ਡਰਾਈਵਰਾਂ ਨੂੰ ਤੁਸੀਂ ਡਰੋਨ ਧਮਕਾਉਣ ਦੀਆਂ ਗੱਲਾਂ ਆ, ਚਾਹੇ ਉਹ ਆਫਿਸ ਸਟਾਫ ਨੂੰ ਧਮਕਾਉਣ ਦੀਆਂ ਗੱਲਾਂ ਹੈਗੀਆਂ, ਜਾਂ ਸੈਕਸ਼ੁਅਲ ਹਰਾਸਮੈਂਟ ਹੈਗੀ ਆ, ਇਹ ਚੀਜ਼ਾਂ ਜਿਹੜੀਆਂ ਸੀ ਉਹ ਲੋਕੇਸ਼ਿਪ 'ਤੇ ਅੰਦਰ ਖਾਤੇ ਚੱਲ ਰਹੀਆਂ ਸੀ, ਕਿਉਂਕਿ ਸਾਡੇ ਆਫਿਸ ਸਾਰੇ ਜਿਹੜੇ ਆ ਮੋਸਟਲੀ ਟਰੱਕਿੰਗ ਵਾਲੇ ਜਿੱਦਾਂ ਚੱਲਦੇ ਆਪਾਂ ਨੂੰ ਪਤਾ ਹੈਗਾ। ਪਰ ਹੁਣ ਇਹ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਜਿਹੜੀਆਂ ਨਿਕਲ ਕੇ ਬਾਹਰ ਆ ਰਹੀਆਂ, ਸਾਨੂੰ ਇਨਫੋਰਮੇਸ਼ਨ ਮਿਲ ਰਹੀ ਆ, ਕਾਲਸ ਆ ਰਹੀਆਂ ਆ, ਪਰਸਨਲੀ ਮਿਲਦੇ ਵੀ ਆਣ ਕੇ ਲੋਕੀ ਦੱਸਦੇ ਵੀ ਆ, ਔਰ ਇਹਨਾਂ ਚੀਜ਼ਾਂ ਦੇ ਉੱਤੇ ਸੋਚ ਕੇ ਮੈਨੂੰ ਰਾਜਨ ਮੈਂ ਇਸੇ ਕਰਕੇ ਇਸ ਟੋਪਿਕ 'ਤੇ ਜਿਹੜੀ ਆ ਉਹ ਗੱਲ ਅੱਜ ਕਰਨੀ ਚਾਹੁੰਦਾ ਸੀਗਾ ਕਿ ਸਾਡੇ ਜਿਹੜੇ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਨੂੰ। ਜੀ ਜੀ ਰਮਨ ਜੀ, ਮੇਰਾ ਉਹਨਾਂ ਦੀ ਲਾਈਨ ਜਿਹੜੀ ਆ ਜੀ ਉਹ ਡਰੋਪ ਹੋ ਗਈ ਆ, ਅਤੇ ਇੱਦਾਂ ਹੀ ਸਰੋਤੇ ਜੁੜੇ ਰਹੋ, ਤੁਹਾਡੇ ਨਾਲ ਜਿਹੜੀ ਉਹ ਆਪਾਂ ਗੱਲਬਾਤ ਆ ਉਹ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਜੀ ਰਮਨ ਜੀ, ਵਿੱਚ ਲਾਈਨ ਡ੍ਰੌਪ ਹੋ ਗਈ ਸੀ, ਸੋ ਜੋ ਆਪਾਂ ਗੱਲ ਕਰ ਲਾਈਨ ਡ੍ਰੌਪ ਹੋ ਗਈ ਸੀਗੀ, ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹਦੇ ਉੱਤੇ ਇਹੋ ਹੀ ਆ ਕਿ ਜਿਹੜੇ ਆਪਣੇ ਇਸ ਵੇਲੇ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਇਸ ਗੱਲ ਦੇ ਉੱਤੇ ਕਿ ਉਹਨਾਂ ਦੇ ਆਫਿਸ ਵਿੱਚ ਕੀ ਵਾਪਰ ਰਿਹਾ ਹੈਗਾ, ਕਿ ਉਹਨਾਂ ਦੇ ਆਫਿਸ ਦੇ ਵਿੱਚ ਕਿੱਦਾਂ ਇਹ ਚੀਜ਼ ਨੂੰ ਕੰਡਕਟ ਕੀਤਾ ਜਾ ਰਿਹਾ, ਕਿ ਉਹਨਾਂ ਦੇ ਥੱਲੇ ਕੰਮ ਕਰਨ ਵਾਲੇ ਜਿਹੜੇ ਇੰਪਲੋਈ ਹੈਗੇ ਆ ਜਾਂ ਉਹਨਾਂ ਦੇ ਆਫਿਸ ਦੇ ਵਿੱਚ ਜਿਹੜਾ ਸਟਾਫ ਹੈਗਾ ਆ ਕਿੱਦਾਂ ਉਹ ਕੰਡਕਟ ਕਰ ਰਿਹਾ ਹੈਗਾ ਬਿਜ਼ਨਸ ਨੂੰ, ਔਰ ਖਾਸ ਕਰਕੇ ਕਈ ਤਾਂ ਡਾਇਰੈਕਟਲੀ ਬਿਜ਼ਨਸ ਓਨਰਸ ਦੀ ਕੰਪਲੇਂਟ ਆ ਰਹੀ ਹੈਗੀ ਆ। ਰਾਜਕਿਰਨ ਮੈਂ ਹੈਰਾਨ ਹਾਂ ਸੁਣ ਕੇ, ਮੈਂ ਦੇਖ ਕੇ ਮਤਲਬ ਕਿ ਹੈਰਾਨ ਹੋ ਜਾਂਦਾ ਕਿ ਯਾਰ ਇੰਨਾ ਵਧੀਆ ਬਿਜ਼ਨਸ ਚਲਾ ਰਹੇ ਆ ਜਾਂ ਕੋਈ ਇੰਨਾ ਵੱਡਾ ਬਿਜ਼ਨਸ ਚਲਾ ਰਹੇ ਆ ਔਰ ਉਹ ਵੀ ਇੱਦਾਂ ਦੀਆਂ ਹਰਕਤਾਂ ਦੇ ਵਿੱਚ ਸ਼ਾਮਿਲ ਹੋ ਸਕਦੇ ਆ, ਹੈਰਾਨੀ ਹੁੰਦੀ ਆ। ਸੋ ਇਹ ਚੀਜ਼ ਜਿਹੜੀ ਆ ਇਹ ਅੱਜ ਦਾ ਜਿਹੜਾ ਇਸ ਪ੍ਰੋਗਰਾਮ ਵਿੱਚ ਆਪਾਂ ਟਾਈਮ ਲੈ ਕੇ ਮੈਸੇਜ ਦੇਣਾ ਚਾਹੁੰਦੇ ਹਾਂ ਉਹਨਾਂ ਸਾਰਿਆਂ ਨੂੰ ਕਿ ਪਲੀਜ਼ ਕੋਈ ਵੀ ਇੱਦਾਂ ਦੀ ਹਰਕਤ ਨਾ ਕਰੋ ਜਿਹੜੀ ਕਿ ਤੁਹਾਨੂੰ ਬਦਨਾਮੀ ਦਾ ਸਿੱਟਾ ਬਣੇ, ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਬਹੁਤ ਗਲਤ ਹੁੰਦੀਆਂ, ਚਾਹੇ ਉਹ ਸਿੰਪਲ ਧਮਕੀਆਂ ਹੀ ਆ। ਦੇਖੋ ਧਮਕੀ ਜਿਹੜੀ ਆ ਨਾ ਕਿਸੇ ਨੂੰ ਕੋਈ ਕਹਿਣਾ, ਕਿਸੇ ਨੂੰ ਕੁਛ ਦੇਣਾ, ਇੱਦਾਂ ਦੀਆਂ ਗੱਲਾਂ ਕਰਨੀਆਂ, ਖਾਸ ਕਰਕੇ ਜਿਹੜੀ ਵਰਕ ਪਲੇਸ ਇਨਵਾਇਰਮੈਂਟ ਦੇ ਵਿੱਚ ਜਿਹੜੀ ਸੈਕਸ਼ੁਅਲ ਹਰਾਸਮੈਂਟ ਆ ਉਹ ਬਹੁਤ
ज्यादा गलत हैगी आ। ये ज्यादातर ये ऑफिस की कहानी है, ठीक है, सानू ओन ऑपरेटर ड्राइवर दिया मसले साढ़े को चलते आते क्योंकि हमेशा जेड़े आ दो पासे देखने पैंदे आ कि दो पासे आ कि दोनों पासे की हो रहा, की हो सकता ड्राइवर की भी गलती होवे, की हो सकता मालक की भी गलती होवे या दोनों की होवे, है ना। पर जेड़ा वर्कप्लेस जेड़ा ऑफिस दे विच काम करदे आ उत्थे जेड़ी इह हरकतां आ इह बहुत गलत हैगियां, इह बहुत ज्यादियां जेड़ियां इह मतलब कि खराब और गांहू कल नू जे इदां दीआं कोई गल्लां उभर के आउंदियां इदां दी कोई चीज़ हुंदी आ कम्यूनिटी वास्ते बहुत माड़ी गल हैगी आ। ट्रैकिंग दे जेड़े बिजनेस दे विच इदां दीआं गल्लां होणियां, इदां दे काम होणे कदी ज़्यादातर सुनिया नहीं जी, पर बहुत गलत चीज़ां हो रही राजकरण इस वेले जी। बिल्कुल, वर्कप्लेस नहीं किसी भी थान के उ सैक्शुअल हरासमेंट जी बैड आ, इतने वर्कप्लेस के इदा करते हैं या कित भी तुम करते हैं तो पीड़ित को बहुत सारे साधन ने, उसकी वरतों करो, तुम उसके फा खिलाफ जी फाइल कंप्लेट करो, तुहानू डरन की जरूरत नहीं है, तुहानू जिहड़ा आ सिस्टम आ इत्थे जिहड़ा वह बचावेगा, ये बहुत ज़्यादा जरूरी आ। बाकी जे कोई ड्राइवरों धमकी दिंदी है तो ज कोई जो ओनर कोई धमकी दिता आ, ये सारिया चीज़ा वैसे तो उत्थे तक नौबत बननी नहीं चाहिए, ये धमकी धुमकी देने वाला काम ठीक नहीं है, तो थोड़े अपने हक ने, हर एक दे आपो अपने हक ने, जेडे जेडे भी लैवल पर तुम काम कर रहे हो उसनू हकों जो पछाण के उन्हों की जी तुम यूज़ जो करो, इदा कोई किसी के नाल जो धक्का करेगा तो फिर प्रॉब्लम होंगी। आप देखिए सी बीते दिन गिल रॉय के कि वड्डी खबर बनी सी, अपने ही कम्यूनिटी का सीगा कोई तो वो बाद स्टोर के उत्ते जो तो बाद टाइम लाने ने एक दी पूरा उस करने लिए, तो पर रगड़ छड़ते हैं बाद जिला जो भी दोषी होंगे, खास करके लेबर नू लैके ते जिहड़ी सैक्सुअल हरासमेंट आ उसनू लैके अजाई नहीं जिहड़ा जान दिंदे, जरूर आ इस दे उत्ते तुहानू अपने हक्कां नू पछाणदे होए करना है, ते तुसी विसल बलोवर बन सकदे आ फैडरली, तुसी जिहड़े उस चीज़ के तहत प्रोटैक्टिड आ, इदां करन दे नाल कोई तुहानू नौकरी तों जिहड़ा उह कढ नहीं सकदा हुंदा, इह वी चीज़ां जिहड़ियां तुहानू जिहड़ियां पता होणियां चाहीदियां आ। सो जरूर आई थिंक सारियां कंपनियां ने जिहड़े लॉज ओशा वाले हुंदे उह लाए तां जरूर हुंदे आ, ईडीडी वाले जिहड़े उह लाए तां जिहड़े जरूर होंगे उन्होंने पढ़ भी लिया करो, एक राजकरण भी बड़ी इंपोर्टेंट गल है कि जिथे भी तुम वर्कप्लेस से काम करते हैं चाहे छोटा ऑफिस है वड्डा ऑफिस है, जे एक भी तुहाडा इंपलॉई काम कर रहा है तो तुहानू वर्कप्लेस से जिहड़े पोस्टर्स है जिहड़े ओशा वालों जिहड़े रिक्वायर्ड है हर एक वर्कप्लेस में वह पोस्टर्स लाने जिहड़े बहुत ज्यादा जरूरी है, तो जिन्ने वो लाने जरूरी है उन्ने वर्कप्लेस से काम करते बंदे पढ़ने भी जरूरी है, देखने भी उसे सारे थोड़े हक लिखे आ, तुम की कर सकते हैं किदा कर सकते हैं हर चीज़ उत्थे लिखी होंगी है। सो मेक श्योर ये चीज़ा जिहड़ियां आ इहनू घटाउण दे विच सहाई हो, नाल हिस्सेदार बनो, जे तुसीं खुल के अपनी गल दसोगे, जे तुसीं खुल के बाहर जाके अपनी गल दसदे हैगे आ या तुसीं प्रॉपर अथॉरिटीज़ दे नाल गल करदे आ, उहदा मतलब ये नहीं गा कि तुसीं किसी मुसीबत च फसोगे, उहदा मतलब ये आ कि तुसीं फ्यूचर च होर वध वधीकियां तुहाडे वांगू होर किसी दे नाल होण तों तुसीं रोक रहे आ, अपने आप तो रोकोगे रोकोगे, प्लस तुसीं गांह फ्यूचर भी जिहड़ा आ उह भी ठीक कर रहे हैगे। सो इदां दी चीज़ जे तुहाडे नाल होई हैगी असीं इनकरेज करदे हां कि इदां दी चीज़ नूं तुसीं प्रॉपर अथॉरिटीज़ नूं रिपोर्ट करो, क्योंकि बहुत ही घिनौणियां हरकतां जिहड़ियां आ पता लगियां आ हो रहियां आ हुंदियां आ, सो उहनां दे ਵਿੱਚ ਅਸੀਂ ਕੋਸ਼ਿਸ਼ ਤੇ ਇਹੋ ਹੀ ਕਰਦੇ ਹਾਂ ਪ੍ਰੋਪਰ ਚੈਨਲ ਜਿਹੜਾ ਆ ਉਹਨੂੰ ਤੁਸੀਂ ਫੜੋ ਔਰ ਪ੍ਰੋਪਰ ਚੈਨਲ ਤੇ ਉਹਨੂੰ ਰਿਪੋਰਟ ਕਰੋ, ਨਾਲੇ ਜਦੋਂ ਤੁਸੀਂ ਰਿਪੋਰਟ ਕਰਦੇ ਤੁਸੀਂ ਅਨੋਨਮਸਲੀ ਵੀ ਜਿਹੜਾ ਉਹ ਰਿਪੋਰਟ ਕਰ ਸਕਦੇ ਆ, ਉਸ ਦੇ ਵਿੱਚ ਤੁਹਾਨੂੰ ਆਪਣਾ ਜਿਹੜਾ ਉਸ ਦੇ ਬਾਰੇ ਦੱਸਣ ਦੀ ਲੋੜ ਨਹੀਂ ਹੈ, ਤੁਸੀਂ ਜਿਹੜੀਆਂ ਅਥਾਰਟੀਜ਼ ਨੂੰ ਕਰਦੇ ਆ ਤਾਂ ਤੁਸੀਂ ਉਹਨਾਂ ਨੂੰ ਇਹ ਦੱਸੇ ਵੀ ਮੇਰੀ ਜਿਹੜੀ ਆ ਪਛਾਣ ਨਾ ਦੱਸੀ ਜਾਵੇ, ਉਸ ਦੇ ਜ਼ਰੀਏ ਵੀ ਜਿਹੜੀ ਆ ਉਹ ਸ਼ਿਕਾਇਤ ਕੀਤੀ ਜਾ ਸਕਦੀ ਹੁੰਦੀ ਉਹਨਾਂ ਅਥਾਰਟੀਜ਼ ਦੇ ਨਾਲ ਜੀ। ਅਤੇ ਇੱਕ ਕਾਲਰ ਆਪਾਂ ਲਵਾਂਗੇ, ਮਨੀਸ਼ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ, ਤੁਹਾਡੇ ਪ੍ਰੋਗਰਾਮ ਵੱਲੋਂ ਬੜੀ ਇਨਫੋਰਮੇਸ਼ਨ ਵਧੀਆ ਮਿਲਦੀ ਆ ਜੀ, ਥੈਂਕ ਯੂ ਸੋ ਮੱਚ। ਥੈਂਕ ਯੂ ਜੀ। ਮੇਰਾ ਕੁਐਸਚਨ ਸੀ ਰਮਨ ਜੀ ਹੁਣਾਂ ਦੇ ਨਾਲ ਕਿ ਜਿਹੜਾ ਆਪਾਂ ਤੁਸੀਂ ਪਹਿਲਾਂ ਗੱਲ ਕੀਤੀ ਪੀਪੀ ਪ੍ਰੋਗਰਾਮ ਦੀ, ਮੈਨੂੰ ਕੁਛ ਹੱਦ ਤੱਕ ਤਾਂ ਸਮਝ ਹੈਗੀ ਆ ਪੇਰੋਲ ਪ੍ਰੋਟੈਕਸ਼ਨ ਦੀ। ਮੈਂ ਇਹ ਪੁੱਛਣਾ ਸੀ ਕਿ ਫੋਰ ਐਗਜ਼ਾਮਪਲ ਜਿੱਦਾਂ ਆਪਣੀ ਪ੍ਰੋਪਰਟੀ ਨੁਕਸਾਨ ਹੋ ਜਾਂਦਾ, ਫੋਰ ਐਗਜ਼ਾਮਪਲ ਟਰੱਕ ਦਾ ਇੰਜਨ ਖਰਾਬ ਹੋ ਜਾਂਦਾ, ਉੱਤੇ ਜਿਹੜੀ ਐਕਸਪੈਂਸਿਸ ਲੱਗਦੀ ਆ ਉਹ ਵੀ ਕੁਛ ਇੰਕਲੂਡ ਹੁੰਦੇ ਆ ਇਹ ਪ੍ਰੋਗਰਾਮ ਦੇ ਵਿੱਚ ਜਦੋਂ ਆਪਾਂ ਫੋਰਗਿਵਨੈਸ ਦੀ ਐਪਲੀਕੇਸ਼ਨ ਪਾਉਂਦੇ ਆ ਜਾਂ ਸਮਥਿੰਗ?
नहीं मेरे ख्याल दे विच ओहो चीज़ इंक्लूड नहीं हैगी, बट जदो तुसी कोई भी जो ग्रांट कोई भी लोन या कोई भी पीपीपी प्रोग्राम लेने हैगे आ उहदे विच जिथे तुसी जाके तुहानू एप्लीकेशन भरन तो बाद तुहानू डिस्क्लेमर्स ते कंडीशंस दसियां जांदियां उत्थे आपां चैक मार्क करके वो कंडीशंस नू एग्री करदे आ। वो कंडीशंस दी इक कापी तुहानू ईमेल भी आउंदी आ जां तुहाडे बैंक कोल जिथे तुसी अपलाई कीता उत्थे तुहानू मिल सकदी आ। उस बैंक जिहड़ी एप्लीकेशन कीती आ उहदे थल्ले जिहड़ियां तुहाडियां कंडीशन टर्म्स एंड कंडीशंस ते डिस्क्लेमर्स हैगे उह पढ़ो सारे। सो जिद्दां दा तुसी लोन लिया है एग्जैक्टली सारिया चीजा होंगे तुम कितने यूज कर सकते हैं कितने नहीं यूज कर सकते। सो मैं क्योंकि मैं पता नहीं है तुम कि लोन लिया है या कि कंडीशन है। सो वो प्रीटी मच एक तो जनैरिक कंडीशन होंगे एक तो अकॉर्डिंग टू योर बिजनेस या अकॉर्डिंग टू योर एप्लीकेशन एक कंडीशन होंगे। सो वो मेक श्योर करो कि वो एप्लीकेशन के नाल जो तुम कंडीशन ईमेल चाहिए उन्होंने खोल के पढ़ो कि उत्थे केड़े केड़े काम वास्ते यूज कर सकते। जी थैंक यू जी। ठीक है जी थैंक यू जी मेहरबानी शुक्रिया जी। जी सो समा अपने अज्ज दे प्रोग्राम दा जिहड़ा हुण इत्थे ही जिहड़ा हो समाप्त आ ते मिलदे हां जी रमन जी अगली बार। बहुत बहुत शुक्रिया बहुत बहुत धन्नवाद जी। शुक्रिया जी सत श्रीकाल सारयां नूं सत श्रीकाल जी। ते श्रोते इत्थे ही साडा अज्ज दा इह प्रोग्राम आ उह हुण समाप्त आ ते मिलांगे तुहानूं सारयां नूं अगली बार। उदों तक लई मेरे वल्लों वी तुहानूं सब नूं सत श्री अकाल। सुणदे रहो पंजाबी रेडियो यूएसए।